ਵਾਹਿਗੁਰੂ ਜੀ ਲਾਲ ਚੋਲਣਾ ਤੈਂ ਤਨ ਸੋਹਿਆ ਲਾਲ ਚੋਲਣਾ ਤੈਂ ਤਨ ਸੋਹਿਆ ਸੁਰਜਨ ਪਾਨੀ ਤਾਂ ਮਨ ਮੋਹਿਆ ਕਵਣ ਬਨੀਰੀ ਤੇਰੀ ਲਾਲੀ ਕਵਣ ਰੰਗ ਤੂੰ ਪਈ ਗਲਾਲੀ ਤੁਮੇ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਣ ਤੁਮ ਕਰ ਭਾਗ ਲਾਲ ਚੋਲਣਾ ਜੀ ਤੈਂ ਤਨ ਸੋਹਿਆ ਤੈਂ ਤਨ ਸੋਹਿਆ ਲਾਲ ਚੋਲਣਾ ਜੀ ਤੈਂ ਤਨ ਸੋਹਿਆ ਤੈਂ ਤਨ ਸੋਹਿਆ ਸੁਰਜਨ ਪਾਨੀ ਤਾਂ ਮਨ ਮੋਹਿਆ 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 ਮਨ ਮੋਹਿਆ
ਲਾਲੀ ਕਵਣ ਬਣੀ ਤੇਰੀ ਲਾਲੀ ਕਵਣ ਬਣੀ ਤੇਰੀ ਲਾਲੀ ਕਵਣ ਰੰਗ ਤੂੰ ਭਈ ਗੁਲਾਲੀ 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 ਤਨ ਹੀ ਚੋਲਾ ਹੈ ਜੋ ਸਾਡੇ ਸ਼ੂਕਮ ਮਨ ਬੁੱਧੀ ਆਤਮਾ ਦੇ ਉੱਤੇ ਪੈ ਰਿਹਾ ਹੋਇਆ ਹੈ। ਸੁੰਦਰ ਹੈ ਉਸਦਾ ਤਨ ਰੂਪੀ ਚੋਲਾ ਜਿਹੜਾ ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਮਜੀਠੀ ਰੰਗ ਦੇ ਵਿੱਚ ਰੰਗਣਾ ਕੀਤਾ। ਕਾਇਆ ਰੰਗਣ ਜੇਤੀਏ ਪਾਈਏ ਨਾਉ ਮਜੀਠ, ਕਾਇਆ ਮਜੀਠੀ ਰੰਗ ਦੇ ਵਿੱਚ। ਮਜੀਠੀ ਰੰਗ ਕੀ ਹੈ? ਕਾਇਆ ਦੇ ਵਾਸਤੇ ਗੁਰੂ ਦੀ ਸੇਵਾ ਹੀ ਮਜੀਠੀ ਰੰਗ ਹੈ। ਮਨ ਦੇ ਵਾਸਤੇ ਉਸਦਾ ਸਿਮਰਨ ਅਭਿਆਸ ਬੰਦਗੀ ਕਰਨੀ ਹੀ ਮਜੀਠੀ ਰੰਗ ਹੈ। ਤੋ ਪਾਤਸ਼ਾਹ ਸਮਝਾ ਰਹੇ ਨੇ ਸਾਨੂੰ ਕਿ ਲਾਲ ਚੋਲਣਾ ਸੁਹਾਗਣ ਹੋਣਾ ਹੈ, ਗੁਰਮੁਖ ਬਣਨਾ ਹੈ, ਹਰੀ ਦਾ ਜਨ ਬਣਨਾ ਹੈ, ਹਰੀ ਦਾ ਭਗਤ ਬਣਨਾ ਹੈ, ਹਰੀ ਦਾ ਸੰਤ ਬਣਨਾ ਹੈ। ਤੋ ਫਿਰ ਸੁਹੱਪਣ ਪੂਰਾ ਵੀ ਹੋਣਾ ਚਾਹੀਦਾ ਹੈ। ਅਤੇ ਸੁਹੱਪਣ ਕਾਹਦਾ ਹੈ? ਸ਼ੁਭ ਗੁਣਾਂ ਦਾ, ਆਤਮਿਕ ਗੁਣਾਂ ਦਾ, ਰੂਹਾਨੀਅਤ ਦੇ ਗੁਣਾਂ ਦਾ। ਪਾਤਸ਼ਾਹ ਸਮਝਾ ਰਹੇ ਨੇ ਕਿ ਲਾਲ ਚੋਲਣਾ ਜੋ ਸੁਹਾਗਣ ਹੋਈ ਹੈ, ਜੋ ਉਸ ਨਾਲ ਅਭੇਦ ਹੋ ਚੁੱਕੀ ਹੈ, ਜਿਸ ਨੂੰ ਆਪਣੇ ਤਨ ਤੋਂ ਔਰ ਆਪਣੀ ਆਤਮਾ ਤੋਂ ਵੀ ਗੁਰੂ ਹੀ ਪਿਆਰਾ ਲੱਗਦਾ ਹੈ। ਜਿਸ ਵੇਲੇ ਤਨ ਸ਼ਬਦ ਆ ਜਾਂਦਾ, ਤਨ ਦੇ ਨਾਲ ਜੋ ਕੁਛ ਵੀ ਸੰਸਾਰ ਦੀਆਂ ਵਸਤੂਆਂ ਜੁੜੀਆਂ ਨੇ, ਜੋ ਕੁਛ ਸੰਸਾਰ ਦੇ ਸੁੱਖ ਜੁੜੇ ਨੇ, ਸਭ ਕੁਛ ਵਿੱਚ ਆ ਜਾਂਦਾ ਹੈ। ਕੁਛ ਨਹੀਂ ਪਿਆਰਾ ਹੈ,
ਸਿਰ ਮੈਨੂੰ ਮੇਰਾ ਗੁਰੂ ਤੇ ਗੁਰੂ ਦਾ ਬਖਸ਼ਿਆ ਨਾਮ ਹੀ ਪਿਆਰਾ ਹੈ। ਤੋ ਪਾਤਸ਼ਾਹ ਸਮਝਾ ਰਹੇ ਨੇ ਕਿ ਲਾਲ ਚੋਲਣ ਤੈਂ ਤਨ ਸੋਹਿਆ ਸੁਰਜਣ ਭਾਨੀ ਸੁਰਜਣ ਵਾਹਿਗੁਰੂ ਅਕਾਲ ਪੁਰਖ ਮੇਰੇ ਨੇ ਸੀ ਪਤਾ ਨਹੀਂ ਮੇਰੇ ਕਿਸ ਕਰਮ ਦੇ ਉੱਤੇ ਉਹ ਰੀਝ ਗਿਆ ਕਿਸ ਮੇਰੀ ਨਿਮਰਤਾ ਤੇ ਕਿਹੋ ਜਿਹੀ ਮੇਰੀ ਭਾਵਨਾ ਮੈਨੂੰ ਉਸ ਦੀ ਕੀਮਤ ਦਾ ਵੀ ਨਹੀਂ ਪਤਾ ਹੈ। ਮੇਰਾ ਗੁਰੂ ਹੀ ਮੇਰੀ ਭਾਵਨਾ ਦੀ ਕੀਮਤ ਜਾਣਦਾ ਹੈ। ਮੈਂ ਉਸ ਦੀ ਕੀਮਤ ਬਾਰੇ ਵੀ ਨਹੀਂ ਕਹਿ ਸਕਦੀ ਪਰ ਸਤਿਗੁਰ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੀ ਹੈ ਔਰ ਮਨ ਨੂੰ ਹੋ ਗਿਆ ਹੈ ਕਿ ਉਹ ਕਿਸ ਤਰ੍ਹਾਂ ਦੇ ਨਾਲ ਮੋਹਿਆ ਗਿਆ ਹੈ। ਆਮ ਨੂੰ ਤਾਂ ਨਹੀਂ ਮੋਹਿਆ, ਨਿਰੰਕਾਰ ਨੂੰ ਮੋਹ ਲੈਣਾ ਬਹੁਤ ਵੱਡੇ ਭਾਗਾਂ ਦੀ ਗੱਲ ਹੈ। ਕਿਤੇ ਲੱਖਾਂ ਚੋਂ ਇੱਕ ਅੱਧਾ ਐਸਾ ਮਿਲੂਗਾ ਜਿਸ ਦਾ ਆਤਮਕ ਸ਼ਿੰਗਾਰ ਦੇਖ ਕੇ ਨਿਰੰਕਾਰ ਵੀ ਮੋਹਿਆ ਜਾਏ, ਗੁਰੂ ਨਾਨਕ ਵੀ ਮੋਹਿਆ ਜਾਏ। ਤੋ ਸੁਰਜਣ ਭਾਨੀ ਮੈਨੂੰ ਨਹੀਂ ਪਤਾ ਪਰ ਮੈਂ ਉਸ ਨੂੰ ਪਾ ਗਈ, ਉਸ ਨੂੰ ਪਾਉਣ ਦੇ ਕਰਕੇ ਤਾਂ ਮਨ ਮੋਹਿਆ, ਤਾਂ ਉਸਦਾ ਮਨ ਮੋਹਿਆ ਗਿਆ। ਇਸ ਦੇ ਨਾਲ ਪਾਤਸ਼ਾਹ ਬਾਣੀ ਦੇ ਵਿੱਚ ਇੱਕ ਨਹੀਂ ਬਹੁਤ ਜਗ੍ਹਾ ਇਸ ਰੰਗਣ ਨੂੰ ਵਰਣਨ ਕਰਦੇ ਨੇ। ਸ਼ਾਵਨ ਸਰਸ਼ੀ ਕਾਮਨੀ ਚਰਨ ਕਮਲ ਸਿਉਂ ਪਿਆਰ ਮਨ ਤਨ ਰਤਾ ਸੱਚ ਰੰਗ। ਸੱਚ ਰੰਗ ਬਾਣੀ ਦੇ ਵਿੱਚ ਰੰਗੀਜ ਗਿਆ, ਸਿਮਰਨ ਦੇ ਵਿੱਚ ਰੰਗੀਜ ਗਿਆ, ਸੇਵਾ 'ਚ ਰੰਗੀਜ ਗਿਆ। ਮਨ ਤਨ ਰਤਾ ਸੱਚ ਰੰਗ ਕਿਤਨਾ ਕੁ ਰਤਿਆ ਗਿਆ ਹੈ, ਕਿਤਨਾ ਕੁ ਰੰਗੀਜਿਆ ਗਿਆ ਹੈ। ਬਸ ਇੱਕੋ ਨਾਮ ਅਧਾ, ਕੋਈ ਵੀ ਆਸਰਾ ਨਹੀਂ ਦਿਸ ਰਿਹਾ, ਇੱਕ ਨਾਮ ਦਾ ਹੀ ਆਸਰਾ, ਬਾਕੀ ਸਭ ਕੁਛ ਭੁੱਲ ਚੁੱਕਿਆ ਹੈ। ਇਹ ਰੰਗੀਜੇ ਦੀ ਨਿਸ਼ਾਨੀ ਹੈ। ਕੋਈ ਅਧਾ ਵਿਖਿਆ ਰੰਗ ਉਡਾਵਿਆ ਦਿਸਨ ਸਭੇ ਸ਼ਾਹ, ਜਿਤਨਾ ਵੀ ਦੁਨੀਆਂ ਦਾ ਰੰਗ ਦਵਾਸ਼ਾ ਹੈ ਉਹਨੂੰ ਸੁਆਹ ਵਾਂਗੂ ਨਜ਼ਰ ਆਉਂਦਾ, ਲੇਕਿਨ ਸਾਨੂੰ ਸਭ ਕੁਛ ਉਹੀ ਨਜ਼ਰ ਆਉਂਦਾ। ਉਹਦੇ 'ਚ ਸਾਰਾ ਦਿਨ ਗੁਲਤਾਨ ਰਹਿੰਦੇ ਹਾਂ, ਲੇਕਿਨ ਉਸ ਦੇ ਵਿੱਚ ਰੰਗੀਜੀ ਹੋਈ ਆਤਮਾ ਦੀ ਆਵਾਜ਼ ਹੈ, ਉਸ ਵਿੱਚ ਰੰਗੇ ਹੋਏ ਗੁਰਮੁਖ ਦੀ ਆਵਾਜ਼ ਹੈ, ਉਸ ਸੁਹਾਗਣ ਦੀ ਆਵਾਜ਼ ਹੈ ਕਿ ਮਨ ਤਨ ਰਤਾ ਸੱਚ ਰੰਗ। ਇੱਕੋ ਨਾਮ ਅਧਾ ਉਸ ਦਿਨ ਪੂਰਨ ਰੰਗੀਜ ਗਿਆ ਹੈ ਜਿਸ ਦਿਨ ਉਸ ਦੇ ਪਵਿੱਤਰ ਨਾਮ ਤੋਂ ਬਿਨਾਂ ਕੋਈ ਹੋਰ ਸਾਥੀ ਨਜ਼ਰ ਹੀ ਨਾ ਆਏ ਕਿ ਮੈਂ ਕਿਸੇ ਨਾਲ ਔਰ ਵੀ ਪਿਆਰ ਕਰਨਾ। ਇੱਕੋ ਨਾਮ ਹਰ ਇੱਛੇ ਨਾਲ ਮੈਂ ਦੋਸਤੀ, ਹਰ ਇੱਛੇ ਨਾਲ ਮੈਂ ਰੰਗ, ਰੰਗ ਕਹਿੰਦੇ ਪਿਆਰ ਨੂੰ। ਇੱਕ ਨਾਲ ਹੀ ਮੇਰੀ ਦੋਸਤੀ ਹੈ, ਇੱਕ ਨਾਲ ਹੀ ਮੇਰਾ ਪਿਆਰ ਹੈ,
ਹਰ ਇੱਕੋ ਮੇਰਾ ਸੱਜਣੋ ਹਰ ਇੱਛੇ ਨਾਲ ਮੈਂ ਸਾਂਝ, ਇੱਕੋ ਹੀ ਮੇਰਾ ਸੱਜਣ ਹੈ ਔਰ ਰਾਤ ਤੇ ਦਿਨ ਮੈਂ ਇੱਕ ਦੀ ਸੰਗਤ ਕਰਦੀ ਹਾਂ, ਦੂਸਰਾ ਮੈਨੂੰ ਨਹੀਂ। ਉਹ ਮੈਨੂੰ ਆਨੰਦ ਵਿੱਚ ਰੱਖਦਾ। ਹਰ ਇੱਕੋ ਮੇਰਾ ਸੱਜਣੋ ਹਰ ਇੱਛੇ ਨਾਲ ਮੈਂ ਸੰਗ, ਹਰ ਇੱਕੋ ਮੇਰਾ ਮਸ਼ਰਤੀ ਮੋਹ ਮੈਰਾ ਕਰੇ ਨਾ ਭੰਗ। ਮਸ਼ਰਤੀ ਸ਼ਲਾਹਕਾਰ, ਮੈਂ ਕਿਸ ਤੋਂ ਸ਼ਲਾਹ ਪੁੱਛਾਂ, ਕਿਸ ਨਾਲ ਵਿਚਾਰ ਕਰਾਂ, ਸ਼ਬ ਛੱਡ ਦਿੱਤੀਆਂ ਨੇ, ਇੱਕੋ ਹੀ ਮੇਰਾ ਹੈ ਸ਼ਲਾਹਕਾਰ। ਪਰ ਮੈਂ ਰਾਤ ਦੇ ਦਿਨ ਉਸਦੇ ਨਾਲ ਜੋ ਵੀ ਅਧਿਆਤਮਕ ਰਸਤੇ ਦੀਆਂ ਸ਼ਲਾਹਾਂ ਕਰਦੀ ਹਾਂ, ਮੈਂ ਕਦੀ ਰਾਤ ਦੇ ਦਿਨ ਉਸ ਪਤੀ ਪਰਮੇਸ਼ਰ ਅਕਾਲ ਪੁਰਖ ਗੁਰੂ ਨਾਨਕ ਲੱਗੀ ਰਹਾਂ। ਰਾਤ ਦਿਨ ਮੈਂ ਥੱਕ ਜਾਂਦੀ, ਉਹ ਨਹੀਂ ਥੱਕਦਾ, ਉਹ ਤਾਂ ਅਥੱਕ ਹੈ। ਪਰ ਮੈਂ ਕਦੀ ਵੀ ਉਸਦੇ ਮਸਤਕ ਦੇ ਉੱਤੇ ਕਦੀ ਤਿਉੜੀ ਪਈ ਨਹੀਂ ਦੇਖੀ ਹੈ ਕਿ ਤੂੰ ਮੇਰੇ ਕੋਲ ਕਿਤਨਾ ਬੈਠਾ। ਅਸੀਂ ਜਿਤਨਾ ਵੀ ਸੱਜਣ ਪਿਆਰਾ ਹੋਵੇ, ਭਾਵੇਂ ਆਪ ਦੀ ਕੁੱਖ ਤੋਂ ਜਨਮ ਲੈਣ ਵਾਲਾ ਬੱਚਾ ਹੀ ਕਿਉਂ ਨਾ ਹੋਵੇ, ਤੁਸੀਂ 8-10 ਘੰਟੇ ਉਹਦੇ ਨਾਲ ਨਹੀਂ ਕੱਟ ਸਕਦੇ। ਅਖੀਰ ਨੂੰ ਇਹ ਕਹਿਣਾ, ਸਾਨੂੰ ਵੀ ਸੌਣ ਦੇ, ਤੂੰ ਵੀ ਸੌਂ ਜਾ। ਪਰ ਗੁਰੂ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਨਹੀਂ ਕਹੇਗਾ। ਇਤਨਾ ਆਪਣੇ ਬੱਚੇ ਨਾਲ, ਇਤਨਾ ਆਪਣੇ ਸਿੱਖ ਨਾਲ, ਇਤਨਾ ਆਪਣੇ ਜਗਿਆਸੂ ਨਾਲ। ਬੱਚਾ ਥੱਕ ਗਿਆ, ਸੌਂ ਗਿਆ, ਉਹ ਸ਼ੈ ਭੰਗ ਹੈ, ਸੁੱਤੇ ਸਿੱਧ ਵੀ ਪ੍ਰਕਾਸ਼ ਹੈ, ਉਹ ਸਦਾ ਹੀ ਪ੍ਰਕਾਸ਼ ਹੈ। ਤੋ ਪਾਤਸ਼ਾਹ ਸਮਝਾ ਰਹੇ ਨੇ, ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਹਾਧਾ। ਵਿਗਿਆ ਰੰਗ ਕੂੜਾ ਵਿਆ, ਦਿਸਨ ਸ਼ਬੈ ਸ਼ਾ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਇਹ ਸੁਆਂਤੀ ਬੂਤ ਸਾਧੂਆਂ ਨਾਲ, ਸਾਧੂ ਨਾਮ ਸੁਹਾਗਣਾਂ ਨਾਲ ਮਿਲ ਕੇ ਫਿਰ ਪ੍ਰਾਪਤ ਹੁੰਦੀ ਹੈ। ਮਿਲ ਸਾਧੂ ਪੀਵਣ ਹਾਰ। ਤੋ ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਬੁੰਦਾ ਕਿਤੇ ਸਾਡੀ ਰਚਨਾ ਦੇ ਉੱਤੇ ਵੀ ਪੈ ਜਾਣ, ਸਾਡੀ ਰਚਨਾ ਵੀ ਇਸੇ ਆਨੰਦ ਦੇ ਵਿੱਚ ਰਾਤ ਦੇ ਦਿਨ ਲੱਗੀ ਰਹੇ। ਵਣ ਤਰੇਨ ਤਰਪਵਨ ਮੌਲਿਆ, ਵਣ ਤਰੇਨ ਤਰਪਵਨ, ਜਿਸ ਦਿਨ ਇਸ ਰਸ ਵਿੱਚ ਚਲੇ ਜਾਈਦਾ ਹੈ, ਉਹਨੂੰ ਬਣਾ ਦੇ ਤੀਲੇ ਤੀਲੇ ਚੋਂ ਵੀ ਇਹ ਆਵਾਜ਼ ਆਊ, ਤਿੰਨ ਲੋਕਾਂ ਚੋਂ ਵੀ ਇਹ ਆਵਾਜ਼ ਆਏਗੀ। ਸਾਨੂੰ ਤਾਂ ਆਪਣੇ ਚੋਂ ਨਹੀਂ ਆ ਰਹੀ, ਕਿਉਂ ਬਾਣੀ ਪੜੀ ਚੜੋ, ਬਾਣ ਤਰੇਨ ਸਭ ਆਕਾਰ ਹੈ ਮੇਰੀ ਜਿੰਦੜੀ, ਮੁੱਖ ਹਰ ਹਰ ਨਾਮ ਤੇ ਆਵੇ ਰਾਮ, ਦੇਖਣ ਵਿੱਚ ਤੀਲੇ ਨੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ, ਇਹ ਆਕਾਰ ਨੇ, ਬਾਣ ਤਰੇਨ ਸਭ ਆਕਾਰ ਹੈ ਮੇਰੀ ਜਿੰਦੜੀ। ਕੀ ਕਰਦੇ ਨੇ? ਮੁੱਖ ਹਰ ਹਰ ਨਾਮ
ਧਿਆਵੇ ਰਾਹ ਇਹ ਵੀ ਨਾਮ ਜਪਦੇ ਇਹ ਅਵਸਥਾ ਤੇ ਸਾੜਾ ਹੈ ਅਭੇਦ ਹੋਈਆਂ ਰੂਹਾਂ ਦੇ ਵਾਸਤੇ ਇਹੋ ਜਿਹੀਆਂ ਆਵਾਜ਼ਾਂ ਉਹਨਾਂ ਨੂੰ ਬਣਾਂ ਦੇ ਵਿੱਚੋਂ ਦਰਖਤਾਂ ਚੋਂ ਵੀ ਤੀਲੇ ਤੀਲੇ ਚੋਂ ਵੀ ਆਉਂਦੀਆਂ ਨੇ ਤੁਸੀਂ ਸੋਦਰ ਦੀ ਪੌੜੀ ਪੜ੍ਹ ਲਵੋ ਸਾਰਾ ਹੀ ਉਹਦੇ ਵਿੱਚ ਬਖਿਆਣ ਆ ਗਿਆ ਕੌਣ ਕੌਣ ਤੈਨੂੰ ਗਾ ਰਹੇ ਨੇ ਕੋਈ ਨਹੀਂ ਬਚ ਰਿਹਾ ਗਾਵੇ ਤੁਹਾਨੂੰ ਕੌਣ ਪਾਣੀ ਬੈਸੰਤ ਸਾਨੂੰ ਨਹੀਂ ਸੁਣ ਰਿਹਾ ਅਗਿਆਨਤਾ ਸਾਈ ਹੋਈ ਹੈ ਹਰ ਕੋਈ ਗਾ ਰਿਹਾ ਗਾਇਨ ਕਰ ਰਿਹਾ ਧੋਪਾ ਬਾਣ ਤ੍ਰਿਣ ਤਰਪਾਵਣ ਮੋਲੇ ਸਭ ਕੁਛ ਤੇਰੇ ਅੰਦਰ ਖੜਾ ਆ ਗਿਆ ਤੇ ਤੈਨੂੰ ਸਾਰਾ ਹੀ ਖੜਾ ਰੂਪ ਨਜ਼ਰ ਆਏਗਾ ਤੇਰੇ ਅੰਦਰ ਖੜਾ ਨਹੀਂ ਹੈ ਬਸ ਤਾਂ ਫਿਰ ਤੈਨੂੰ ਕਿਤੇ ਵੀ ਖੜਾ ਨਹੀਂ ਲੱਭਣਾ ਇਸ ਦੇ ਵਾਸਤੇ ਆਪਣੇ ਖੜਾ ਦੇ ਵਾਸਤੇ ਯਤਨ ਕਰੋ ਜਿਤਨਾ ਵੀ ਹੋ ਸਕਦਾ ਹੈ ਕੀ ਹੈ ਜਿਤਨਾ ਵੀ ਹੋ ਸਕਦਾ ਹੈ ਉਹ ਰੰਗ ਚਾੜਨ ਵਾਲਾ ਰੰਗ ਚਾੜਨ ਨੂੰ ਤਿਆਰ ਹੈ ਚੜਾਉਣ ਵਾਲੇ ਕੋਲੇ ਟਾਈਮ ਨਹੀਂ ਹੈ ਕੀ ਹੈ ਚੜਾਉਣ ਵਾਲੇ ਕੋਲ ਟਾਈਮ ਨਹੀਂ ਹੈ ਸੱਜਣ ਮੈਂਡਾ ਰੰਗਲਾ ਰੰਗ ਲਾਏ ਮਨ ਲਏ ਉਹ ਕਹਿੰਦਾ ਮੈਂ ਰੰਗ ਤਾਂ ਲਾ ਦਿੰਦਾ ਹੈ ਮੈਨੂੰ ਕੱਪੜਾ ਤਾਂ ਦੇ ਦੇ ਰੰਗਾਂ ਕੀ ਮੈਂ ਕੱਪੜਾ ਤਾਂ ਦੇਣ ਨੂੰ ਤਿਆਰ ਨਹੀਂ ਤੂੰ ਮਨ ਤਾਂ ਦੇਣ ਨੂੰ ਤਿਆਰ ਨਹੀਂ ਹੈ ਜਿੰਨਾ ਚਿਰ ਮਨ ਨਹੀਂ ਦੇਣਾ ਗੁਰੂ ਨੂੰ ਤਾਂ ਰੰਗੇਗਾ ਕਿੱਦਾਂ ਲਲਾਰੀ ਉਹ ਤਾਂ ਰੰਗਣ ਵਾਲਾ ਹੈ ਤੇ ਰੰਗਣ ਹੀ ਆਇਆ ਤੇ ਰੰਗ ਹੀ ਰਿਹਾ ਹੁਣ ਰੰਗਾਉਣ ਵਾਲੇ ਦੇ ਉੱਤੇ ਹੈ ਸੱਜਣ ਮੈਂਡਾ ਰੰਗਲਾ ਉਹ ਰੰਗ ਚਾੜਦਾ ਨਹੀਂ ਪਰ ਚਾੜਦਾ ਕਿਸ ਤਰ੍ਹਾਂ ਹੈ ਜੇ ਅਸੀਂ ਮਨ ਦਵਾਂਗੇ ਰੰਗ ਲਾਏ ਮਨ ਲੇ ਕਹਿੰਦੇ ਮਨ ਦੇ ਦੋ ਮਨ ਵਿੱਚ ਸਤਿਗੁਰ ਕੇ ਪਾਸ਼ ਤੇ ਸੇਵਕ ਕੇ ਕਾਰਜ ਰਾਹ ਜਿਸਕਾ ਤਨ ਮਨ ਧਨ ਸਭ ਜਿਸਕਾ ਸੋਈ ਸ਼ੁਗੜ ਸਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਵਿਦ ਨਿੱਕੀ ਖਟਾਨੀ ਫਿਰ ਮਿਲੂਗਾ ਆਨੰਦ ਚੰਗਾ ਨਿੱਕੀ ਨਾਮ ਚੰਗੇ ਨੂੰ ਕਹਿੰਦੇ ਨੇ ਤੋ ਸੱਜਣ ਮੈਂਡਾ ਰੰਗਲਾ ਤੋ ਕੀ ਕਰੇਗਾ ਰੰਗ ਲਾਏ ਮਨ ਲੇ ਜਿਉਂ ਮਜੀਠੇ ਕੱਪੜੇ ਰੰਗੇ ਪੀ ਪਾਹੇ ਤੋ ਜਿਸ ਦਿਨ ਉਹਨੇ ਰੰਗ ਦਿੱਤਾ ਹੈ ਪਰ ਅਰਦਾਸ ਕਰੋ ਵਾਹਿਗੁਰੂ ਜ਼ਿੰਦਗੀ ਦਿੱਤੀ ਹੈ ਸ਼ਰਧਾ ਝੋਲੀ 'ਚ ਪਾ ਦਿਓ ਭਾਵਨਾ ਪਾ ਦਿਓ ਇਹੋ ਜਿਹਾ ਦਿਨ ਮੇਰੇ 'ਤੇ ਲਿਆ ਦਿਓ ਕਿ ਮੈਂ ਕੱਢ ਕੇ ਮਨ ਤੈਨੂੰ ਦੇ ਦਿਆਂ ਇਹ ਰੰਗਿਆ ਜਾ ਮਨ ਮੇਰਾ ਸੱਜਣ ਮੈਂਡਾ ਰੰਗੂਲਾ ਸੱਜਣ ਮੈਂਡਾ ਰੰਗੂਲਾ ਸੱਜਣ ਮੈਂਡਾ ਰੰਗੂਲਾ ਸੱਜਣ ਮੈਂਡਾ ਰੰਗੂਲਾ ਸੱਜਣ
ਨਾਨਕ ਰੰਗ ਨਾ ਪੁੱਤਰ ਹੈ ਜਿਸ ਦਿਨ ਗੁਰੂ ਨੇ ਚਾੜ ਦਿੱਤਾ ਫਿਰ ਇਹ ਰੰਗ ਕੋਈ ਲਾ ਨਹੀਂ ਸਕਦਾ ਕਿਉਂਕਿ ਗੁਰੂ ਹੀ ਸਭ ਤੋਂ ਸਮਰੱਥ ਤਾਕਤ ਹੈ ਗੁਰ ਪਰਮੇਸ਼ਰ ਇੱਕ ਹੋ ਜਾ ਗੁਰੂ ਨਾਨਕ ਦੇ ਰੰਗੇ ਨੂੰ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਚਾੜੀ ਰੰਗਣਾ ਨਹੀਂ ਕੋਈ ਲਾ ਸਕਦਾ ਵੇ ਸਕਦਾ ਸਰੀਰ ਦੇ ਨਾਲ ਉਹ ਸਿਰ ਦਾ ਵੱਖਰਾ ਲਾ ਸਕਦਾ ਹੈ ਰੰਗ ਨਹੀਂ ਲਾ ਸਕਦਾ ਹੈ ਨਾਨਕ ਰੰਗ ਨਾ ਉਤਰੇ ਬਿਆਹ ਨਾ ਲਾਗੇ ਕਿ ਬਿਆਹ ਨਾਮ ਹੋ ਜਿਸ ਨੂੰ ਨਾਮ ਦੀ ਰੰਗਣ ਇੱਕ ਵਾਰੀ ਚੜ੍ਹ ਗਈ ਹੈ ਜਿਹੜਾ ਇਸ ਨਾਮ ਦਾ ਰਸ ਲੈਣ ਲੱਗ ਪਿਆ ਉਹਨੂੰ ਬਿਆਹ ਉਹਨੂੰ ਹੋਰ ਕੋਈ ਦੁਨੀਆਂ ਦਾ ਰੰਗ ਨਹੀਂ ਚੜ੍ਹੇਗਾ ਉਹ ਕਬੂਲ ਹੀ ਨਹੀਂ ਕਰਨਾ ਉਸ ਬਿਆਹ ਨਾ ਲਾਗੇ ਕਿ ਹੋਰ ਨਹੀਂ ਕਿਸੇ ਨੂੰ ਵੀ ਉਹਨੇ ਕਬੂਲ ਨਹੀਂ ਕਰਨਾ ਪਰ ਉਹ ਭਾਗਾਂ ਹਰੀਆਂ ਲਾਲ ਰੰਗ ਤਿਸਕੋ ਲਾਲਾ ਜਿਸਕੇ ਬਡਭਾਗਾ ਕਿਸੇ ਨੂੰ ਜਿਸਦੇ ਚੰਗੇ ਭਾਗ ਚੰਗੇ ਕਰਮ ਦੁਨੀਆਂ ਦਾ ਤਾਂ ਹਰ ਇੱਕ ਨੂੰ ਚੜ੍ਹ ਗਿਆ ਕੋਈ ਭਾਗਾਂ ਵਾਲਾ ਹੈ ਜਿਸ ਨੂੰ ਇਹ ਰੰਗ ਚੜ੍ਹਿਆ ਲਾਲ ਰੰਗ ਤਿਸਕੋ ਲਾਲਾ ਜਿਸਕੇ ਬਡਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਸਾਰੇ ਰੰਗ ਤੁਸੀਂ ਧੋਨੇ ਮੈਲੇ ਹੁੰਦੇ ਨੇ ਕੱਪੜੇ ਰੰਗਾਂ ਦੇ ਪੁੰਨ ਹੀ ਆਉਣਾ ਪਰ ਫਿਰ ਧੋਨੇ ਫਿਰ ਮੈਲੇ ਫਿਰ ਧੋਨੇ ਇੱਕੋ ਹੀ ਰੰਗ ਹੈ ਖੁਦਾ ਦੇ ਨਾਮ ਦਾ ਜਿਹੜਾ ਕਦੀ ਮੈਲਾ ਹੀ ਨਹੀਂ ਹੁੰਦਾ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਨਾ ਮੈਲਾ ਉਹਨੂੰ ਤਮੋ ਗੁਣ ਮੈਲਾ ਨਹੀਂ ਕਰ ਸਕਦਾ ਤਮੋ ਦੇ ਵਿੱਚ ਕੌਣ ਰਾਕਸ਼ ਲੋਕ ਮਾੜੀ ਬੁੱਧੀ ਦੇ ਦੁਰਾਚਾਰੀ ਵਿਭਾਚਾਰੀ ਉਹਨਾਂ ਨੂੰ ਤਮੋ ਬਿਰਤੀ ਕਿਹਾ ਜਾਂਦਾ ਹੈ ਇਹੋ ਜੇ ਲੱਖਾਂ ਦੇ ਕੱਟ ਭਾਵੇਂ ਇਕੱਠੇ ਹੋ ਜਾਣ ਪਰ ਉਹਨਾਂ ਦੀ ਬਿਰਤੀ ਨਹੀਂ ਹਿਲਾ ਸਕਦੇ ਆਓ ਤਮੋ ਤੋਂ ਰਜੋ ਜੋ ਰਾਸ਼ੀ ਲੋਕ ਜਿੱਥੇ ਮਾਇਆ ਦਾ ਵਹਿਣ ਚੱਲਦਾ ਨਾ ਮੈਲਾ ਨਾ ਧੁੰਦਲਾ ਲੇਕਿਨ ਇਹ ਰਜੋ ਗੁਣ ਰਾਸ਼ੀ ਬਿਰਤੀ ਮਾਇਆ ਦਾ ਵਹਿਣ ਉਹਨੂੰ ਕਦੇ ਵੀ ਧੁੰਦਲਾ ਨਹੀਂ ਸਕਦਾ ਧੁੰਦਲਾ ਬਣਨਾ ਹੀ ਆ ਠੀਕ ਹੈ
ਤਮੋ ਗੁਣ ਉਸ ਨੂੰ ਮੈਲਾ ਨਹੀਂ ਕਰ ਸਕਦਾ, ਜਦੋਂ ਕਿ ਉਹ ਤਮੋ ਗੁਣ ਵਾਲੇ ਸਾਰੇ ਹੀ ਮੈਲੇ ਨੇ, ਗੰਦੇ ਨੇ, ਫਿਰ ਵੀ ਉਹਨਾਂ ਦੇ ਵਿੱਚ ਸੰਸਾਰ ਦੇ ਵਿੱਚ ਉਹ ਵਿਚਰਦਾ ਹੋਇਆ ਕਾਜਲ ਪਏ ਕੋਠ ਮੈਂ ਪਈ ਨਾ ਕਾਰੀ ਨਿਰਮਲ ਵਰਨ ਬਣੇ ਉਰੀ। ਇਸ ਕਾਜਲ ਦੀ ਕੋਠਰੀ ਸੰਸਾਰ ਦੇ ਵਿੱਚ ਉਹਦੇ ਤੇ ਇੱਕ ਤਿਨਕਾ ਵੀ ਨਹੀਂ ਪੈ ਸਕਿਆ। ਕਾਜਲ ਕੋਠ ਮੈਂ ਪਈ ਨਾ ਕਾਰੀ ਨਿਰਮਲ ਵਰਨ ਬਣੇ ਉਰੀ। ਮਹਾਂ ਮੰਤਰ ਗੁਰ ਹਿਰਦੇ ਬਸ਼ੋ ਦੋ ਚੀਜ਼ਾਂ ਨੇ, ਉਸਦੀ ਗੁਰੂ ਦੀ ਪ੍ਰਕਾਸ਼ਤਾ ਤੇ ਉਸਦੇ ਬਖਸ਼ੇ ਹੋਏ ਵਾਹਿਗੁਰੂ ਸ਼ਬਦ ਦੀ ਪ੍ਰਕਾਸ਼ਤਾ ਹੀ ਹੈ। ਮਹਾਮੰਤਰ ਗੁਰ ਹਿਰਦੇ ਵਸੇ ਹੋ, ਅਚਰਜ ਨਾਮ ਸੁਣਿਓ ਰੀ ਕੀ ਕਰਦੀ ਹੈ, ਉਸ ਅਚਰਜ ਬਸਮਾਦ ਅਤ ਪੁੱਤ ਉਸ ਨੂੰ ਮੈਂ ਅਣਹਦ ਨੂੰ ਸੁਣਦੀ ਹਾਂ। ਅਚਰਜ ਨਾਮ ਸੁਣਿਓ ਪਈ ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਮੇਰੇ ਪਤੀ ਪਰਮੇਸ਼ਰ ਨੇ ਮੇਰੇ ਉੱਤੇ ਮੇਰਾ ਭਰੀ ਨਦਰ ਕੀਤੀ ਹੈ। ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣੇ ਚਰਨ ਲਗਾਈ ਤੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ। ਮੈਂ ਹੁਣ ਚਰਨ ਕਮਲ ਨੇ ਗੁਰੂ ਦੇ, ਮੇਰੀ ਭੌਰਾ ਰੂਪੀ ਸ਼ੁਰਤੀ ਬੁੱਧੀ ਉਹ ਭੁੱਲ ਜਾਂਦੀ ਹੈ ਜਦੋਂ ਗੁਰੂ ਦੇ ਚਰਨ ਕਮਲਾਂ 'ਚ ਜਾਂਦੀ ਹੈ। ਉਹ ਰਾਹ ਕੀ ਹੈ, ਰਸ ਚੂਹ ਦੀ ਚੂਹ ਦੀ ਚੂਸਦੀ ਭੌਰਾ ਰੂਪ ਇਤਨੀ ਮਗਨ ਹੋ ਜਾਂਦੀ ਹੈ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਰਾਤ ਕਦੋਂ ਲੰਘ ਗਈ ਤੇ ਦਿਨ ਕਦੋਂ ਲੰਘ ਗਿਆ। ਐਸ਼ਾ ਇਹ ਭਾਗਾਂ ਵਾਲੇ ਲਾਲ ਰੰਗ ਤਿਸ਼ਕੋ ਲਾਲ ਜਿਸਕੇ ਬੜ ਭਾਗਾ ਚੂਸਦੀ ਹੈ ਸ਼ਤੋ ਗੁਣੀ, ਨਾ ਮੈਲਾ ਨਾ ਧੁੰਦਲਾ ਭਗਵਾਂ ਸ਼ਤੋ ਗੁਣੀ ਆਖ ਲੋਕਾਂ ਨੂੰ ਆਖਿਆ, ਨਾ ਭਗਵਾਂ ਨਾ ਸ਼ਤੋ ਗੁਣੀ ਲੋਕ ਆ ਤੁਸੀਂ ਬੈਠੇ ਹੋ ਸਭ ਬੋਲੋ। ਕਬਲ ਦੇ ਫੁੱਲ ਦਾ ਦ੍ਰਿਸ਼ਟਾਂਤ ਕਈ ਵਾਰੀ ਦਿੱਤਾ ਇਹਦੇ ਤੇ, ਚਿੱਕੜ ਦੇ ਵਿੱਚ ਹੈ ਥੱਲਿਓਂ, ਉਹਨੂੰ ਤਮੋ ਗੁਣ ਕਹਿੰਦੇ ਨੇ ਜਿੱਥੇ ਉਹਦੀ ਜੜ ਹੈ। ਸੰਸਾਰ 'ਚ ਸਾਰਿਆਂ ਨੇ ਰਹਿਣਾ, ਸਾਰੇ ਪੀਰ ਪੰਗਬਲ ਇੱਥੇ ਰਹੇ ਹੈ। ਰਜੋ ਗੁਣ ਪਾਣੀ ਦਾ ਵਹਿਣ, ਉਹ 'ਚੋਂ ਵੀ ਤਾਂ ਨਿਕਲਿਆ, ਉਹਦੇ 'ਚੋਂ ਵੀ ਤਾਂ ਨਿਕਲਿਆ ਹੈ। ਉੱਧਰ ਪਾਣੀ ਦਾ ਵਹਿਣ, ਇੱਧਰ ਮਾਇਆ ਦਾ ਵਹਿਣ, ਬੋਲੋ। ਇਸੇ ਨੂੰ ਰਜੋ ਗੁਣ ਕਿਹਾ ਜਾਂਦਾ, ਦੋਨਾਂ 'ਚੋਂ ਬਾਹਰ ਆਇਆ। ਤੀਸਰਾ ਕੌਣ ਨੇ ਸਤੋ ਗੋਣੀ, ਉਹ ਕੌਣ ਨੇ ਕਬਲ ਤੋਂ ਥੱਲੇ ਜਿਹੜੇ ਹਰੇ ਰੰਗ ਦੇ ਪੱਤੇ ਨੇ, ਬੋਲੋ। ਅਸੀਂ ਉਹ ਲੋਕ ਹਾਂ ਜੋ ਉਸ ਅਕਾਲ ਪੁਰਖ ਦੇ ਕਮਲ ਦਾ ਫੁੱਲ ਸਰੂਪ ਬ੍ਰਹਮ ਗਿਆਨੀ ਤਤਵੇ ਤੇ ਸ਼ਤ ਪੁਰਸ਼ ਜਿਹੜੇ ਉਹਦੇ 'ਚ ਅਭੇਦ ਹੋਏ ਨੇ, ਅਸੀਂ ਉਹਨਾਂ ਦੇ ਲਾਗੇ ਉਹਨਾਂ ਦੀ ਸੰਗਤ ਵਿੱਚ ਹਾਂ, ਪਰ ਅਜੇ ਉਹ ਰੂਪ ਨਹੀਂ ਹੈ। ਅਸੀਂ ਉਹਦਾ ਰਸ ਲੈਣ ਨੂੰ ਅਸੀਂ ਉਹ ਸਾਡੇ ਚੋਂ ਵੀ ਤਾਂ ਨਿਕਲ ਗਿਆ। ਐਸਾ ਸਰੂਪ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋ।
ਕਹੀਂ ਨਾ ਧੁੰਦਲਾ ਨਾ ਕੱਚ, ਕੱਚ ਕੱਚਾ ਸੰਸਾਰ ਕਿਹਾ ਗਿਆ, ਇਹ ਨਹੀਂ ਲਾ ਸਕਦਾ, ਕੱਚੀਆਂ ਵਸਤੂਆਂ ਨਹੀਂ ਹਿਲਾ ਸਕਦੀਆਂ। ਨਾ ਧੁੰਦਲਾ ਨਾ ਕੱਚ, ਨਾਨਕ ਲਾਲੋ ਲਾਲ, ਲਾਲ ਤੋਂ ਵੀ ਲਾਲ, ਨਹੀਂ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਮੈਂ ਭਾਗਾਂ ਵਾਲੀਆਂ ਲਾਲ ਰੰਗ ਲੱਗਿਆ, ਲਾਲ ਰੰਗ ਲੱਗਿਆ, ਭਾਗਾਂ ਵਾਲੀਆਂ ਲੱਗਿਆ ਲਾਲ ਰੰਗ ਲੱਗਿਆ, ਮੈਂ ਭਾਗਾਂ ਜਿਸਕੀ ਵਡਭਾਗਾ ਮੈਲਾ ਕਦੇ ਨਾ ਹੋਵੇ, ਨਾ ਲਾਗੇ ਦਾਦਾ, ਪ੍ਰਭ ਪਾਇਆ ਸੁਖਦਾਇਆ, ਮਿਲਿਆ ਸੁਖ ਪਾਇਆ, ਪ੍ਰਭ ਪਾਇਆ ਸੁਖਦਾਇਆ, ਸਦਾ ਸੁਖ ਦੇਣ ਵਾਲਾ ਉਹ ਪਤੀ ਪਰਮੇਸ਼ਰ ਮੈਨੂੰ ਮਿਲ ਗਿਆ, ਪ੍ਰਭ ਪਾਇਆ ਸੁਖਦਾਇਆ, ਮਿਲਿਆ ਸੁਖ ਪਾਇਆ, ਮੇਰੇ ਪ੍ਰੇਮ ਨੂੰ ਦੇਖ ਕੇ
ਮੇਰੇ ਪਿਆਰ ਨੂੰ ਦੇਖ ਕੇ, ਮੇਰੀ ਸ਼ਰਧਾ ਭਾਵਨਾ ਨੂੰ ਦੇਖ ਕੇ ਉਹ ਸੁੱਖਾਂ ਦੇ ਦਾਤੇ ਦੀ ਮੈਨੂੰ ਪ੍ਰਾਪਤੀ ਹੋਈ। ਉੱਥੇ ਹੋਰ ਕੋਈ ਚੀਜ਼ ਨਹੀਂ ਹੈ, ਕਿਸੇ ਦਾ ਬਟਪਣ ਨਹੀਂ, ਕੋਈ ਧਨ ਦੌਲਤ ਨਹੀਂ ਚੱਲਦੀ, ਕੋਈ ਕੁਛ ਨਹੀਂ ਉੱਥੇ ਚੱਲਦਾ। ਬਸ ਤੇਰਾ ਪਿਆਰ ਕਿਤਨਾ ਹੈ। ਕਈ ਦਫ਼ਾ ਬੋਲੇ ਗੁਰਸਿੱਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵਕ ਗੁਰਪਾਸ਼ ਇੱਕ ਗੁਰਕਾਰੇ ਲਾਈਆਂ, ਜਿਨ੍ਹਾਂ ਗੁਰੂ ਪਿਆਰਾ ਮਨ ਚਿੱਤ, ਜਿਨ੍ਹਾਂ ਦੇ ਮਨ ਦੀ ਚਿਤਨੀ ਦੇ ਵਿੱਚ ਸਿਰਫ ਗੁਰੂ ਦਾ ਹੀ ਪਿਆਰ ਹੈ, ਜਿਨ੍ਹਾਂ ਗੁਰੂ ਪਿਆਰਾ ਮਨ ਚਿੱਤ, ਤਿਨ੍ਹਾਂ ਭਾਉ ਗੁਰੂ ਦਵਾਈਆਂ, ਉਹਨਾਂ ਨੂੰ ਫਿਰ ਆਪਣੇ ਪਿਆਰ ਦਾ ਖਜ਼ਾਨਾ ਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਪਿਆਰ ਦੇ ਵੱਡੇ ਮਹਾ ਪਿਆਰ, ਰਸ ਦੇ ਵੱਡੇ ਪਰਮ ਰਸ, ਤੋ ਇਸ ਕਰਕੇ ਗੁਰੂ ਪਾਤਸ਼ਾਹ ਰਹਿਮਤ ਕਰ ਮਿਲਿਆ ਸੁਖ ਪਾਏ, ਸਹਿਜ ਸਮਾਨਾ ਭੀਤਰ ਛੋਡਿਆ ਨਾ ਜਾਏ, ਸਹਿਜ ਸਮਾਨਾ ਮੈਨੂੰ ਮਿਲਿਆ ਹੀ ਕਹਿੰਦਾ ਹੈ, ਮੈਨੂੰ ਸਦਾ ਵਾਸਤੇ ਉਹ ਸਹਿਜ ਦੇ ਦੇਸ਼ ਵਿੱਚ ਲੈ ਗਿਆ। ਜੋ ਸਹਿਜ ਦੇ ਦੇਸ਼ ਦਾ ਹੈ, ਸਹਿਜ ਦੀ ਬਾਣੀ, ਸਹਿਜ ਦੇ ਗੁਰਾਂ ਦੇ ਬੋਲ, ਸਹਿਜ ਸਮਾਨਾ ਭੀਤਰ ਹੈ, ਭੀਤਰੇ ਹਿਰਦੇ ਚੋਂ ਮੈਂ ਉਹਦੇ ਵਿੱਚ ਸਮਾਇਆ ਪਿਆ, ਲੇਕਿਨ ਉਹ ਮੇਰੇ ਹਿਰਦੇ ਵਿੱਚ ਸਮਾਇਆ ਪਿਆ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਅਕਤ ਕਥਾ ਗੁਰਵਚਨੀ ਅਤ, ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਧਾ ਛੋੜ ਪਏ ਨਿਰੰਕਾਰੀ। ਇੱਕ ਇੱਕ ਚਰਨ ਸਾਡੀ ਤੋਂ ਨਹੀਂ ਐਸੀ ਬਿਰਤੀ, ਰੱਬ ਦਾ ਪਿਆਰਾ ਇੱਕ ਚਰਨ ਤੋਂ ਇੱਕ ਰੱਖਦਾ ਹੈ, ਉਹਦੇ ਅੰਦਰ ਹੀ ਵਿਚਾਰ ਉਸ ਵੇਲੇ ਆਉਂਦੀ ਹੈ, ਕਿਤੇ ਗਲਤ ਤਾਂ ਨਹੀਂ ਰੱਖਿਆ ਗਿਆ। ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਧਾ ਛੋੜ ਪਏ ਨਿਰੰਕਾਰੀ। ਜੋ ਇਸ਼ਮਾਰੇ ਸੋਈ ਸ਼ੂਰਾ, ਜੋ ਇਸ਼ਮਾਰੇ ਸੋਈ ਪੂਰਾ, ਐਸਾ ਕੋਈ ਜੋ ਦੁਬਧਾ ਮਾਰ ਗਵਾਏ, ਇਸੇ ਮਾਰ ਰਾਜ ਜੋ ਕਮਾਏ। ਕੌਣ ਸ਼ੂਰਮਾ ਕੌਣ ਵਲੀ, ਜਿਸ ਦੀ ਕਿਸੇ ਨਾਲ ਦੁਬਧਾ ਈਰਖਾ ਨਾ ਹੋਵੇ, ਉਹਨੇ ਸ਼ੂਰਮਾ ਲਾਇਆ। ਜਿਸਨੇ ਮਾਰ ਲਈ ਹੈ, ਉਹਦਾ ਖੁਦਾ ਨਾਲ ਜੁੜਨਾ ਜ਼ਰੂਰ ਹੋ ਜਾਏਗਾ। ਇਹ ਨਹੀਂ ਜੁੜਨ ਦਿੰਦੇ ਇਨਸਾਨਾਂ। ਆਓ ਪਾਤਸ਼ਾਹ ਸਮਝਾ ਰਹੇ, ਸਹਿਜ ਸਮਾਨਾ ਭੀਤਰ ਹੈ ਛੋਡਿਆ ਨਾ ਜਾ। ਇਹੋ ਜਿਹਾ ਗੁਰੂ ਨੇ ਲੀਨ ਕਰ ਲਿਆ, ਹੁਣ ਬਸ ਦੀ ਗੱਲ ਹੀ ਨਹੀਂ ਹੈ। ਉਸ ਤੋਂ ਬਿਨਾਂ ਮੱਸੀ ਦੀ ਜ਼ਿੰਦਗੀ ਨਹੀਂ ਹੈ, ਪਾਣੀ ਤੋਂ ਬਿਨਾਂ ਨਹੀਂ, ਠੀਕ ਹੈ ਨਾ। ਹੁਣ ਉਸ ਤੋਂ ਬਿਨਾਂ ਉਹ ਛੱਡ ਨਹੀਂ ਸਕਦੀ, ਉਹਨੂੰ ਮੌਤ ਦਿਸਦੀ। ਸਹਿਜ ਸਮਾਨਾ ਭੀਤਰ ਹੈ ਛੋਡਿਆ ਨਾ ਜਾਏ, ਜਰਾ ਮਰਾ ਨਾ ਵਿਆਪੀ, ਫਿਰ ਦੁੱਖ ਨਾ ਪਾਇਆ, ਜਰਾ ਜਰ ਵਡੇਪਾ। ਸਿਮਰਨ ਅਭਿਆਸ ਵਾਲੀਆਂ ਰੂਹਾਂ ਨੂੰ ਵਡੇਪਾ ਕੁਛ ਨਹੀਂ ਕਹਿੰਦਾ,
ਉਹ ਆਪਣੇ ਆਨੰਦ ਵਿੱਚ ਰਹਿੰਦੇ, ਉਹਨਾਂ ਨੂੰ ਯਾਦ ਵੀ ਨਹੀਂ ਆਉਂਦਾ, ਕਿਉਂਕਿ ਸੁਰਤ ਨਾ ਜਵਾਨੀ ਦੇਖ ਰਹੀ ਨਾ ਬੁਢੇਪਾ ਦੇਖ ਰਹੀ ਹੈ, ਸੁਰਤ ਦੇਖ ਰਹੀ ਸ਼ਬਦ ਦਾ ਆਨੰਦ। ਕੀ ਹੈ? ਸ਼ਬਦ ਦਾ ਆਨੰਦ ਲੈ ਲੈ। ਜਰਾ ਮਰਾ ਮਰਾ ਮੌਤ ਨਾ ਵਿਆਪੀ, ਉਹ ਜਨਮ ਦੇ ਮਰਨ ਦੇ ਚੱਕਰ ਚੋਂ ਨਿਕਲ ਚੁੱਕਿਆ, ਉੱਚਾ ਚਲਿਆ ਗਿਆ। ਤੈਸਾ ਹਰਗ ਤੈਸਾ ਸੋ ਸਦਾ ਆਨੰਦ ਨਹੀਂ ਲਿਓ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਕਾਟੀ, ਤੈਸਾ ਮਾਣ ਤੈਸਾ ਮਾਣ ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ। ਜ਼ਿੰਦਗੀ ਦੀ ਹੁੰਦੇ ਹੋਏ ਉਹ ਮੁਕਤ ਹੈ, ਆਪਣੀ ਜ਼ਿੰਦਗੀ ਤੋਂ ਹੀ ਮੁਕਤ ਹੋ ਗਿਆ, ਆਪਣੇ ਸਰੀਰ ਤੋਂ ਹੀ ਮੁਕਤ ਹੈ। ਬੋਲੋ। ਜਰਾ ਮਰਾ ਨਾ ਵਿਆਪੇ ਫਿਰ ਦੁੱਖ ਨਾ ਪਾਇਆ, ਜਨਮ ਤੇ ਮਰਨ ਚੁਰਾਸੀ ਦਾ ਕੋਈ ਦੁੱਖ ਨਹੀਂ ਹੈ ਉਹਦੇ ਰਸਤੇ ਦੇ ਵਿੱਚ, ਫਿਰ ਦੁੱਖ ਨਾ ਪਾਇਆ। ਕੈਸਾ ਜੀਵਨ ਹੈ ਇੱਕ ਸੁਹਾਗਣ ਦਾ, ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਪਰਾਇਆ, ਅਗਾਨਿਆ ਰੱਜ ਗਿਆ ਕਾਹਦੇ ਨਾਲ, ਤੇਰੇ ਨਾਮ ਨਾਲ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈ। ਪੀ ਅੰਮ੍ਰਿਤ ਆਗਾਨਿਆ, ਕੋਈ ਅੰਦਰ ਨਹੀਂ ਹੈ ਓਏ ਅੰਮ੍ਰਿਤ ਭਰੇ ਭਰਪੂਰ ਨੇ, ਤਿਲ ਨਾ ਤਮਾਏ, ਇੱਕ ਤਿਲ ਦੇ ਦਾਣੇ ਜਿੰਨੀ ਵੀ ਕੋਈ ਸੰਸਾਰ ਦੀ ਇੱਛਾ ਹੀ ਨਹੀਂ ਰਹਿ ਗਈ, ਕੋਈ ਇੱਛਾ ਨਹੀਂ। ਕਾਹਦੇ ਨਾਲ ਹੈ? ਨਾਮ ਹੀ ਹੈ ਸਭ ਕੁਛ। ਵੀ ਅੰਮ੍ਰਿਤ ਅਗਾਨੇ ਆ ਗੁਰ ਅਮਰ ਕਰਾਇਆ, ਅਮਰ ਅਮਰ ਮਰਨ ਤੋਂ ਰਹਿਤ ਕਰ ਦਿੱਤਾ ਹੈ, ਉਸੇ ਚ ਰਹਿੰਦਾ ਹੈ ਜੋ ਮਰਨ ਤੋਂ ਰਹਿਤ ਹੈ। ਅਮਰ ਵਸਤੂ ਚ ਅਮਰ ਅਨੰਦ ਚ ਰਹੇਗਾ, ਅਮਰ ਖੇੜੇ ਚ ਰਹੇਗਾ। ਗੁਰ ਅਮਰ ਕਰਾਇਆ ਇਹ ਗੁਰੂ ਦੀ ਬਖਸ਼ਿਸ਼ ਹੈ, ਉਹਦੀ ਮਿਹਰ ਹੈ। ਤੋ ਪਾਤਸ਼ਾਹ ਕਿਰਪਾ ਸਾਰੀਆਂ ਸੰਗਤਾਂ ਤੇ ਕਰਨ, ਮਿਹਰ ਤੁਸੀਂ ਅਰਦਾਸਾ ਕਰਿਆ ਕਰੋ ਭਾਈ, ਠੀਕ ਹੈ ਨਾ। ਮਨ ਤਨ ਰਤਾਂ ਲਾਲ ਹੋਆ, ਰੰਗ ਚੜ ਗਿਆ ਲਾਲ ਚੋਲਣਾ ਤੈ ਤਨ ਸੋਹੇ, ਇੰਨਾ ਹੀ ਸ਼ਬਦ ਬਹੁਤ ਹੈ ਇੱਕ ਸੁਹਾਗਣ ਦਾ। ਮਨ ਤਨ ਰਤਾਂ ਲਾਲ ਹੋਆ, ਰਸਨਾ ਰਤੀ ਗੁਣ ਸ਼ਾਨ, ਮਨ ਵੀ ਉਹਦੇ ਰੰਗਾਂ ਚ ਰੰਗਿਆ ਗਿਆ, ਤਨ ਵੀ ਉਹਦੇ ਰੰਗਾਂ ਚ ਰੰਗਿਆ ਗਿਆ, ਰਸਨਾ ਵੀ ਉਹਦੇ ਰੰਗ ਦੇ ਵਿੱਚ ਰਤੀ ਹੋਈ ਹੈ। ਬੜੀ ਵੱਡੀ ਗੱਲ, ਜਿੱਧਰੋਂ ਦੇਖੋ ਆਨੰਦ ਹੀ ਆਨੰਦ ਹੈ, ਮਨ ਚੋਂ ਵੀ ਆਨੰਦ, ਤਨ ਚੋਂ ਵੀ ਆਨੰਦ, ਰਸਨਾ ਤੇ ਵੀ ਆਨੰਦ, ਰਤੇ ਪਏ ਨੇ। ਮਨ ਤਨ ਰਤਾ ਲਾਲ, ਮਜੀਠੀ ਰੰਗ ਚੜ ਗਿਆ। ਭਗਤ ਰਵਿਦਾਸ ਜੀ ਨੇ ਵੀ ਆ ਗਿਆ, ਕੱਚਾ ਰੰਗ ਸੁੰਭ ਕਰ
ਤੈਸਾ ਇਹੋ ਸੰਸਾਰ ਮੇਰੇ ਰਮਈਏ ਰੰਗ ਮਨਜੀਤ ਕਾ ਕਹੋ ਰਵਿਦਾਸ ਚਾਮਾ। ਭਗਤ ਰਵਿਦਾਸ ਜੀ ਕਹਿ ਰਹੇ ਨੇ ਕਹਿੰਦੇ ਸੰਸਾਰ ਕਛੁੰਬੜੇ ਦਾ ਕੱਚਾ ਹੀ ਰੰਗ ਹੈ, ਇਹ ਰੋਜ਼ ਲੱਥਦਾ ਤੇ ਰੋਜ਼ ਚੜ੍ਹਦਾ ਹੈ। ਅੱਜ ਇੱਕ ਵਸਤੂ ਦਾ ਚੜ੍ਹਿਆ ਕੱਲ ਨੂੰ ਉਹਦਾ ਉੱਤਰ ਗਿਆ, ਬੋਲੋ ਫਿਰ ਨਵੀਂ ਅਲ ਧਿਆਨ ਹੈ। ਕੱਲ ਨੂੰ ਫਿਰ ਦੋ ਨਵੀਆਂ ਦਾ ਆਇਆ, ਘੜੀ ਖੁਸ਼ ਹੋਇਆ ਰੰਗ ਚੜ੍ਹਿਆ, ਪਰਸੋਂ ਨੂੰ ਉਹ ਵੀ ਲੈ ਗਿਆ। ਕੱਚਾ 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 ਰੰਗ ਛੁੰਬੜੇ ਦਾ ਕੱਚਾ, ਤੈਸਾ ਇਹ ਸੰਸਾਰ। ਕਹਿੰਦੇ ਮੇਰੇ ਰਮਈਏ ਰੰਗ ਮਨਜੀਤ ਕਾ, ਮੇਰਾ ਰਮਈਆ ਮੇਰਾ ਵਾਹਿਗੁਰੂ ਉਹ ਰੰਗਦਾ ਹੈ ਕਾਹਦੇ ਨਾਲ, ਮਜੀਠੀ ਰੰਗ ਨਾਲ ਰੰਗਦਾ, ਮੁੜ ਕੇ ਉਤਰਦਾ ਨਹੀਂ ਜਿਹਨੂੰ ਚਾੜ ਜਾਂਦਾ। ਮਨ ਤਨ ਰਤਾ ਲਾਲ ਲਾਲੀ ਹੋ ਗਿਆ, ਲਾਲ ਚੋਲਣਾ ਤੈ ਤਨ ਸ਼ੋਹੇ, ਮਨ ਤਨ ਰਤਾ ਲਾਲ ਹੋਆ ਰਸ਼ਨਾ ਰਤੀ ਗੁਣ ਸਾਰ। ਹੁਣ ਲੋਏ ਨ ਰਤੇ ਲੋਏ ਨੀ ਕੰਨੀ ਸੁਰਤ ਸ਼ਮਾਏ, ਲੋਏ ਰਤੇ ਰਤੇ ਬਸ ਦੋਏ ਦੋਏ ਲੋਚਣ ਪੇਖਾਂ ਹੋ ਹਰ ਬਿਨ ਔਰ ਨਾ, ਐਸਾ ਮਹਾਰਾਜ ਜੀਆਂ ਨੇ ਇਹ ਰੰਗਣ ਦਾ ਸੁਰਮਾ ਪਾ ਦਿੱਤਾ ਨੇਤਰਾਂ ਦੇ ਵਿੱਚ। ਲੋਏ ਨੇ ਰਤੇ ਲੋਏ ਨੀ ਕੰਨੀ ਸੁਰਤ ਸਮਾਏ, ਤੇ ਕੰਨਾਂ ਦੇ ਵਿੱਚ ਐਸਣੀ ਕਸਸ ਹੈ ਜਿਹੜੇ ਟੀਕਦੇ ਨੇ ਕਦ ਤੇਰਾ ਜਸ ਸੁਣਾ ਮੈਂ। ਅੱਖਾਂ ਤਰਸਦੀਆਂ ਨੇ ਕਦ ਤੈਨੂੰ ਮੈਂ ਤੜਫਦੀਆਂ ਨੇ, ਕਦ ਤੈਨੂੰ ਦੇਖ ਲਵਾਂ ਕੰਨ ਤਰਸਦੇ ਨੇ ਕਦ ਤੈਨੂੰ ਸੁਣ ਲਵਾਂ। ਜੀਵ ਰਸਾਇਣ ਚੂਨੜੀ ਰੱਤੀ ਲਾਲ ਲਵਾਏ, ਜੀ ਰਸਾਇਣੀ ਬੁੱਧੀ ਬਣ ਗਈ ਹੈ, ਉਹਦੇ ਰਸ ਦੇ ਨਾਲ ਚੌਵੀ ਘੰਟੇ ਭਿੱਜੀ ਰਹਿੰਦੀ, ਚੌਵੀ ਘੰਟੇ ਭਿੱਜੀ ਰਹਿੰਦੀ। ਜੀਵ ਰਸਾਇਣ ਚੂਨੜੀ ਰੱਤੀ, ਉਹਦੇ ਚ ਰੱਤੀ ਹੋਈ ਹੈ, ਰੱਤੀ ਲਾਲ ਲਵਾਏ, ਉਹਨੂੰ ਕੰਮੇ ਹੀ ਇਹ ਕਹਿ ਤੂੰ ਜਪ ਲਾ ਤੇ ਤੂੰ ਜਪਾ ਦੇ ਬਸ, ਹੋਰ ਕੁਛ ਨੀ ਉਹ ਬੋਲਦੀ। ਇਸੇ ਨੂੰ ਹੀ ਆਖਿਆ ਭੈਂ ਰੱਤੀ ਹੋਈ ਰਸ਼ਨਾ ਹੈ, ਰੱਤੀ ਲਾਲ ਲਵਾਏ। ਗੁਰੂ ਪਾਤਸ਼ਾਹ ਮਿਹਰ ਕਰ ਰਹੇ ਨੇ, ਸਾਨੂੰ ਮਾਰਗ ਦਿਖਾ ਰਹੇ ਨੇ, ਤੁਰ ਪਈਏ ਆਪਾਂ ਸਫ਼ਰ ਕਰੋ। ਤੋ ਪਾਤਸ਼ਾਹ ਮਨ ਤਨ ਰਤਾ ਲਾਲ ਹੋਆ ਰਸ਼ਨਾ ਰਤੀ ਗੁਣ ਸ਼ਾਰ, ਸਦਾ ਸੁਹਾਗਣ ਸ਼ਬਦ ਮਨ, ਇਹ ਸਦਾ ਸੁਹਾਗਣ ਹੈ ਜਿਹਦੇ ਸਦਾ ਹੀ ਮਨ ਦੇ ਵਿੱਚ ਵਾਹਿਗੁਰੂ 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 ਵਾਹਿਗੁਰੂ। ਪਾਤਸ਼ਾਹ ਸਮਝਾ ਰਹੇ ਨੇ ਸਦਾ ਸੁਹਾਗਣ ਸ਼ਬਦ ਮਨ, ਕੁਛ ਨੀ ਮਨ ਦੇ ਵਿੱਚ ਆਓ, ਸਿਰਫ ਗੁਰੂ ਦੇ ਸ਼ਬਦ ਘੁੰਮ ਰਹੇ। ਤਾਂ ਹੀ ਤਾਂ ਕਿਹਾ ਸਿੱਖੋ ਸ਼ਬਦ ਸੁਭਾਅ ਪਿਆਰ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ।
ਤੋ ਸਦਾ ਸੁਹਾਗਣ ਹੈ ਜਿਸ ਦੇ ਮਨ ਵਿੱਚ ਸਦਾ ਸ਼ਬਦ ਰਹਿੰਦਾ। ਬਸ ਇਹੀ ਸੁਹਾਗ ਹੈ, ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸ਼ਿੰਗਾਰ। ਭਈ ਤੇਰਾ ਚੌਵੀ ਘੰਟੇ ਡਰ ਤੇ ਤੇਰੇ ਨਾਲ ਚੌਵੀ ਘੰਟੇ ਪਿਆਰ ਰੱਖਣਾ, ਇਹੀ ਮੇਰਾ ਸ਼ਿੰਗਾਰ ਹੈ। ਚੌਵੀ ਘੰਟੇ ਡਰ ਹੈ, ਚੌਵੀ ਘੰਟੇ ਤੇਰੇ ਨਾਲ ਪਿਆਰ ਹੈ। ਮੈਂ ਕੁਛ ਗਲਤ ਨਾ ਕਰ ਲਵਾਂ ਜਿਹਦੇ ਕਿਤੇ ਮੇਰੇ ਤੇ ਗੁਰੂ ਦੇ ਪਿਆਰ ਚ ਤਰੇੜ ਨਾ ਪੈ ਜਾਵੇ। ਇਸ ਕਰਕੇ ਸਦਾ ਸੁਹਾਗਣ ਹੈ ਕਾਹਦੇ ਨਾਲ ਹੈ, ਲੋਕੜ ਸਾਰੇ ਜਾਣੇ ਸਦਾ ਸੁਹਾਗਣ ਸ਼ਬਦ ਮਨ, ਸਦਾ ਸੁਹਾਗਣ ਸ਼ਬਦ ਮਨ, ਸਦਾ ਸੁਹਾਗਣ ਸ਼ਬਦ ਮਨ, ਸਦਾ ਸੁਹਾਗਣ ਸ਼ਬਦ ਮਨ, ਪਾਏ ਕਰੇ ਸਿੰਗਾਰ ਪੈ ਪਾਏ ਕਰੇ ਸਿੰਗਾਰ, ਪਾਏ ਕਰੇ ਸਿੰਗਾਰ ਪੈ ਪਾਏ ਕਰੇ ਸਿੰਗਾਰ, ਪਾਏ ਕਰੇ ਸਿੰਗਾਰ ਪੈ ਪਾਏ ਕਰੇ ਸਿੰਗਾਰ, ਪਾਏ ਕਰੇ ਸਿੰਗਾਰ ਹੈ। ਇਹ ਚੌਥੇ ਦੀਵਾਨ ਦਾ ਆਨੰਦ ਹੈ ਸੁਹਾਗਣ ਸ਼ਬਦ ਦੇ। ਮਹੀਨਾ ਹੋ ਗਿਆ ਇੱਕ ਸ਼ਬਦ ਨੂੰ, ਤੋ ਪਾਤਸ਼ਾਹ ਸਮਝਾਏ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ
ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰੱਖਿਆ ਉਰਤਾ ਨਾਨਕ ਕਰਮੀ ਇਹ ਘਰ ਗੁਰੂ ਨਾਨਕ ਦਾ ਇਹ ਘਰ ਸਾਹਿਬ ਦਾ ਇਹ ਕਿਸ ਤਰ੍ਹਾਂ ਦੇ ਨਾਲ ਜਿਸ ਘਰ ਦੇ ਵਿੱਚ ਗੁਰੂ ਨਾਨਕ ਰਹਿੰਦਾ ਹੈ ਉਹ ਕਰਤੇ ਨੂੰ ਕਿਵੇਂ ਮਿਲ ਗਿਆ ਉਹ ਕਰਤੇ ਨੂੰ ਕਿਵੇਂ ਮਿਲਿਆ ਤਾਂ ਉੱਤਰ ਮਿਲਿਆ ਨਾਨਕ ਕਰਮੀ ਮਹਿਲ ਪਾਇਆ ਇਹਦਾ ਇੱਕੋ ਹੀ ਰਸਤਾ ਸੀ ਉਹ ਸੀ ਗੁਰੂ ਦੀ ਬਖਸ਼ਿਸ਼ ਬੋਲੋ ਕਰਮ ਨਾਮ ਕੀ ਹੈ ਬਖਸ਼ਿਸ਼ ਜਿਨ ਕੋ ਨਦਰ ਕਰਮ ਤਨਖਾ ਨਾਨਕ ਨਦਰੀ ਔਰ ਦੂਜਾ ਰਹਿ ਨਹੀਂ ਕੋਈ ਉਹਨੂੰ ਤਾਂ ਉੱਤੇ ਕਹਿੰਦੇ ਸ਼ਨਰਾ ਤੇ ਪਾਉਣੀ ਸ਼ੌਕੀ ਹੈ ਪਰ ਬਖਸ਼ਿਸ਼ ਕਰਾਉਣੀ ਔਖੀ ਹੈ ਪ੍ਰੀਤ ਲਗਾਉਣੀ ਸੌਖੀ ਹੈ ਪਰ ਉਹ ਨਿਭਾਉਣੀ ਔਖੀ ਹੈ ਜੇ ਤੂੰ ਪ੍ਰੀਤ ਲਗਾਉਣੀ ਸਿੱਖਣੀ ਸੀ ਫਿਰ ਔੜ ਨਿਭਾਉਣੀ ਵੀ ਸਿੱਖਣੀ ਸੀ ਕਿੱਦਾਂ ਨਿਭੂਗੀ ਮੁਰਸ਼ਦਾਂ ਦੇ ਨਾਲ ਇਹ ਵੀ ਤਾਂ ਸਿੱਖਣਾ ਸੀ ਪਾਉਣੀ ਤਾਂ ਬਹੁਤ ਅਸੀਂ ਪਾਉਂਦੇ ਹਾਂ ਬਹੁਤ ਰਾਹਾਂ ਤੋਂ ਡਿੱਗਦੇ ਹਾਂ ਮਾੜੀ ਜਿਹੀ ਕਠਨ ਤਾਂ ਹੀ ਆਈ ਇੱਕਦਮ ਅਸੀਂ ਡਿੱਗ ਜਾਂਦੇ ਹਾਂ ਆਮ ਸਾਡੇ ਵਰਗਿਆਂ ਦੀ ਗੱਲ ਛੱਡੋ ਖੁਦਾ ਨੂੰ ਲਾਮਾ ਦੇਵਾਂਗੇ ਔਰ ਰੱਬਾ ਤੂੰ ਕੀ ਕੀਤਾ ਰੱਬ ਨੇ ਬੜਾ ਮਾੜਾ ਕੀਤਾ ਕਿਸੇ ਦਾ ਮਾੜਾ ਨਹੀਂ ਦੋਸਤਾਂ ਸਤਿਗੁਰ ਸ਼ਬਨਾਂ ਦਾ ਭਲਾ ਮਨਾਇਦਾ ਉਹ ਗੱਲ ਵੱਖਰੀ ਹੈ ਸਾਡੀ ਸਮਝ ਨਹੀਂ ਆਇਆ ਸਮੇਂ ਨਾਲ ਗੁਰੂ ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਨੂੰ ਦੇਖਦਾ ਹੈ ਲੇਕਿਨ ਅਸੀਂ ਹੁਣ ਦੀ ਘੜੀ ਨੂੰ ਹੀ 2 ਮਿੰਟਾਂ ਨੂੰ ਦੇਖ ਕੇ ਉੱਤਰ ਦੇ ਦਿੰਦੇ ਹਾਂ ਗੁਰੂ ਦੀ ਸੋਚ ਬੜੀ ਲੰਬੀ ਹੈ ਸਾਡੇ ਵਾਸਤੇ ਆਓ ਬੇਨਤੀ ਕਰ ਰਹੇ ਹਾਂ ਸਦਾ ਸੁਹਾਗਣ ਸ਼ਬਦ ਮਨ ਠੀਕ ਹੈ ਪੈ ਪਾਏ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰੱਖਿਆ ਦੂਜਾ ਨੀ ਮੈਂ ਰੱਖਿਆ ਔਰ ਹਿਰਦੇ ਚ ਧਾਰ ਧਾਰ ਕਰ ਲਿਆ ਕੁਛ ਨਹੀਂ ਹੈ ਜੋ ਕੁਛ ਹੈ ਪ੍ਰੀਤਮਾ ਤੂੰ ਹੀ ਉਹ ਤੂੰ ਹੀ ਇਤਨਾ ਪਿਆਰ ਉਸ ਨਾਲ ਗਹਿਰਾ ਗਿਆ ਇਤਨਾ ਪਿਆਰ ਉਸ ਨਾਲ ਪਿਰ ਨਾਲ ਗਹਿਰਾ ਚਲਿਆ ਸੋਏ ਸੁਨੰਦੜੀ ਮੈਂ ਤਾਂ ਉਸਦੀ ਆਵਾਜ਼ ਸੁਣਦੀ ਹਾਂ ਉਸਦੀ ਬਾਣੀ ਸੁਣਦੀ ਹਾਂ ਉਸਦੇ ਬੋਲ ਸੁਣਦੀ ਹਾਂ ਕਿਤਨਾ ਕੁ ਪਿਆਰ ਹੋਊਗਾ ਕਿਤਨੀ ਕੁ ਸ਼ਰਧਾ ਕਿਤਨੀ ਕੁ ਭਾਵਨਾ ਹੈ ਅੰਦਰ ਕਿਤਨੀ ਕੁ ਖਿੱਚ ਹੈ ਗੁਰੂ ਦੇ ਨਾਲ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਮੈਂ ਜਿਸ ਵੇਲੇ ਗੁਰੂ ਦੇ ਸ਼ਬਦਾਂ ਨੂੰ ਸੁਣਦੀ ਹਾਂ ਮੇਰਾ ਤਨ ਵੀ ਤੇ ਮੇਰਾ ਮਨ ਵੀ ਮੋਲ ਜਾਂਦਾ ਹੈ ਖਿੜ ਜਾਂਦਾ ਕਿਤਨੀ ਸ਼ਰਧਾ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਉਹਦਾ ਅਭਿਆਸ ਚ ਬੈਠਦੀ ਹੈ ਅਭਿਆਸ ਨਹੀਂ ਕਰਦੀ ਗੁਰੂ ਮੈਨੂੰ ਮਜੀਠੀ ਰੰਗ ਰੱਬੀ ਰੰਗ ਚੜੀ ਜਾ ਰਿਹਾ ਤੂੰ ਜਪ ਉਹ ਰੰਗ ਚੜਿਆ ਤੇਰੇ ਆਉਂਦੇ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ
ਮੇਰਾ ਅੰਦਰ ਠੰਡਾ ਪੰਧ ਰਸਤਾ ਉਹਦਾ ਮਾਰਗ ਪੰਥ ਦਿਸ਼ਾਵਾਂ ਨਿਤ ਘੜੀ ਮੁੰਦ ਜਾਉਣ ਵਾਲੀ ਦੋਨੇ ਨੇਤਰ ਸੰਸਾਰ ਵੱਲੋਂ ਦੀਆਂ ਵਾਸ਼ਨਾ ਵੱਲੋਂ ਮੁੰਦਲੇ ਬੰਦ ਕਰ ਲਏ ਨੇ ਹੁਣ ਤੱਕ ਰਹੀ ਹੈ ਕਿ ਮੈਂ ਬਸ ਅੰਮ੍ਰਿਤ ਵੇਲਾ ਹੋ ਗਿਆ ਹੈ ਤੇ ਹੁਣ ਤੇਰੇ ਰਾਹ ਦੇ ਉੱਤੇ ਆਪਣੇ ਸਵਾਸਾਂ ਨੂੰ ਤੋਰ ਦਿਆਂ ਦੇਖ ਰਹੀ ਹੈ ਪੰਧ ਜਲੰਦੜੀ ਤੇਰੇ ਰਸਤੇ ਨਾਲ ਤੇਰੇ ਸਿਮਰਨ ਸਿਮਰਨ ਹੀ ਰਸਤਾ ਹੈ ਜਿਸ ਵੇਲੇ ਤੇਰੇ ਰਾਹ ਨਾਲ ਮੇਰੀ ਸ਼ੁਰਤ ਜੁੜਦੀ ਹੈ ਸ਼ੁਰਤੀ ਕਰਦੀ ਜੁੜਦੀ ਹੈ ਇਸ ਜਲ ਦੇ ਬਲ ਦੇ ਹਿਰਦੇ ਚ ਠੰਡ ਪੈ ਜਾਂਦੀ ਨਹੀਂ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦੇ ਦਰਸ਼ਨ ਦੇਖ ਜਾਂ ਤੈਨੂੰ ਆ ਕੇ ਮੈਂ ਦੇਖ ਲੈਣੀ ਬਸ ਫੇਰ ਜੋ ਕੁਛ ਨਿਹਾਲਤਾ ਹੀ ਹੁੰਦੀ ਹੈ ਸਤਿਗੁਰ ਜਾਣੇ ਇਹੋ ਜਿਹਾ ਜੀਵਨ ਹੋਣਾ ਚਾਹੀਦਾ ਨਹੀਂ ਜੋ ਪਾਤਸ਼ਾਹ ਦੀ ਬਾਣੀ ਪੜੋ ਸਾਰੇ ਜਾਣੇ ਸੋ ਇਸ ਨੰਦੜੀ ਜੀ ਤਨ ਮਨ ਮੋਲਾ ਤਨ ਮਨ ਮੋਲਾ ਸੋ ਇਸ ਨੰਦੜੀ ਜੀ ਤਨ ਮਨ ਮੋਲਾ ਤਨ ਮਨ ਮੋਲਾ ਜਪੰਦੜੀ ਲਾਲੀ ਨਾਮ ਜਪੰਦੜੀ ਲਾਲੀ
ਦਰਸ਼ਨ ਦੇਖ ਨਿਹਾਲੀ, ਦਰਸ਼ਨ ਦੇਖ ਨਿਹਾਲੀ, ਦਰਸ਼ਨ ਦੇਖ ਨਿਹਾਲੀ, ਗੁਰ ਦਰਸ਼ਨ ਦੇਖ ਨਿਹਾਲੀ, ਦਰਸ਼ਨ ਦੇਖ ਨਿਹਾਲੀ, ਗੁਰ ਦਰਸ਼ਨ ਦੇਖ ਨਿਹਾਲੀ, ਇਤਨਾ ਸਿੱਖ ਦਾ ਪਿਆਰ ਹੋਣਾ ਚਾਹੀਦਾ ਹੈ ਕਿ ਜਿਹਨਾਂ ਸ਼ਬਦਾਂ ਨੂੰ ਸੁਣ ਕੇ ਅੰਦਰ ਖੜਾ ਆ ਜਾਵੇ। ਜਪ ਜਪ ਕੇ ਲਾਲੀ ਚੜ ਜਾਵੇ, ਮਨ ਖੁਸ਼ ਹੋ ਜਾਵੇ, ਗੁਰੂ ਨੂੰ ਤੱਕ ਕੇ ਸਭ ਕੁਛ ਪੁੱਜ ਜਾਵੇ। ਲਾਲ ਚੋਲਣਾ ਤੈਂ ਤਨ ਸ਼ੋਹਿਆ, ਸੁਰਜਣ ਭਾਨੀ ਤਾਂ ਮਨ ਮੋਹਿਆ, ਕਵਨ ਬਨੇਰੀ ਤੇਰੀ ਲਾਲੀ, ਕਿਸ ਤਰ੍ਹਾਂ ਤੈਨੂੰ ਇਹ ਰੰਗ ਚੜਿਆ ਬੜਾ, ਕਵਨ ਬਨੇਰੀ ਤੇਰੀ ਲਾਲੀ, ਤੂੰ ਇਸੇ ਰੰਗ ਵਿੱਚ ਹੀ ਰਾਤ ਦਿਨ ਰੰਗੀਜੀ ਰਹਿੰਦੀ, ਇਸੇ ਰੰਗ ਦੇ ਵਿੱਚ ਹੀ ਅਰਦਾਸਾ ਕਰਦੀ ਹੈ ਕਿ ਵਿਸਰਨਾ ਹੀ ਦਤਾਰੇ ਆਪਣਾ, ਗੁਣ ਗਾਵਾਂ ਦਿਨ ਰਾਤ ਨਾਨਕ, ਹਰ ਵੇਲੇ ਤੈਨੂੰ ਇਤਨਾ ਰੰਗ ਚੜਿਆ ਹੋਇਆ, ਇਤਨਾ ਆਟ ਪੈਰ ਪ੍ਰਭਸੇ ਹਜੂਰੇ, ਕਹੁ ਨਾਨਕ ਸਹੀ ਜਨ ਪੂਰੇ, ਇਤਨਾ ਰੰਗ ਚੜ ਗਿਆ ਕਿ ਮੈਂ ਅੱਠੇ ਪੈਰ, ਇਤਨਾ ਸ਼ਮਾ ਵੀ ਤੇ ਤੋਂ ਬਿਨਾਂ ਰਹਿ ਨਹੀਂ ਸਕਦਾ। ਇਹ ਸੁਹਾਗਣ ਹੈ, ਕੀ ਹੈ ਇਹ ਸੁਹਾਗਣ ਹੈ ਤੋ ਗੁਰੂ ਪਾਤਸ਼ਾਹ, ਕਵਨ ਬਨੇਰੀ ਤੇਰੀ ਲਾਲੀ, ਕਮਨ ਰੰਗ ਤੋਂ ਭਈ ਗਲਾਲੀ, ਲਾਲ ਰੰਗ ਤਾਂ ਤੈਨੂੰ ਚੜਿਆ ਸੀ, ਲਾਲ ਤੋਂ ਵੀ ਗਹਿ ਗੱਚ ਗਲਾਲ ਰੰਗ ਕਿੱਦਾਂ ਚੜ ਗਿਆ, ਲਾਲੀ ਤੋਂ ਅੱਗੇ ਕੀ ਆ ਗਿਆ, ਇੱਕ ਰੰਗ ਹੋਰ ਆ ਗਿਆ। ਲਾਲੀ ਤਾਂ ਬੜੀ ਝਲਕਦੀ ਸੀ ਤੈਨੂੰ ਜਦੋਂ ਦੇਖਦੇ ਆ, ਤੂੰ ਖੁਦਾ ਦੇ ਵਿੱਚ ਉਹਦੀ ਜਾਚ ਬੈਠੀ, ਉਹਦੀ ਬੰਦਗੀ ਲਾਲੀ ਹੈ,
ਉਸੇ ਦੇ ਵਿੱਚ ਤੈਨੂੰ ਤੱਕਦੇ ਆ ਹਰ ਵੇਲੇ। ਪਰ ਕਵਨ ਰੰਗ ਤੋਂ ਭਈ ਗਲਾਲੀ, ਇਸ ਲਾਲ ਤੋਂ ਵੀ ਗਲਾਲ ਕਿਸ਼ਨ ਰਾਮ, ਤੈਨੂੰ ਬੇਰਾਗ ਲੱਗਿਆ, ਤੂੰ ਭਗਤੀ ਕਰਨ ਲੱਗੀ, ਭਗਤੀ ਤੋਂ ਅੱਗੇ ਗਲਾਲ, ਤੈਨੂੰ ਬ੍ਰਹਮ ਗਿਆਨ ਦਾ ਰੰਗ ਕਿਸ ਤਰ੍ਹਾਂ ਚੜ ਗਿਆ, ਇਹ ਕਿਸ ਤਰ੍ਹਾਂ ਮਿਲ ਗਿਆ। ਕਵਨ ਰੰਗ ਤੂੰ ਭਈ ਗੁਲਾਲੀ, ਕਹਿੰਦੇ ਤੁਮ ਹੀ ਸੁੰਦਰ, ਤੇਰੇ ਤੋਂ ਸ੍ਰੇਸ਼ਟ ਇਸ ਦੁਨੀਆਂ ਦੇ ਵਿੱਚ ਕੋਈ ਨਹੀਂ ਹੈ। ਸ਼ਬਦ ਸੁੰਦਰ, ਚਿਹਰਾ ਤੇਰਾ, ਤੁਮ ਹੀ ਸੁੰਦਰ, ਤੁਮੇ ਸੁਹਾਗ, ਤੂੰ ਸੁੰਦਰਤਾ, ਸ੍ਰੇਸ਼ਟ ਸੁੰਦਰਤਾਈ ਦੀ ਇੱਕ ਮਜਸਵਾ ਰੂਪ ਹੈ, ਤੂੰ ਸੁਹਾਗ ਪ੍ਰਾਪਤ ਕਰ ਲਿਆ, ਗੁਰੂ ਨਾਨਕ ਪਿਰ ਨੂੰ ਪਾ ਲਿਆ, ਤੁਮ ਹੀ ਸੁੰਦਰ, ਤੁਮੇ ਸੁਹਾਗ, ਤੁਮ ਕਰ ਲਾਲਨ, ਤੁਮ ਕਰ ਭਾਗ, ਤੇਰੇ ਘਰ ਤੇਰੇ ਹਿਰਦੇ ਚ ਲਾਲ ਪਰਮੇਸ਼ਰ ਹੈ, ਤੇ ਸਾਰੇ ਭਾਗ ਤਾਂ ਤੇਰੇ ਹਿਰਦੇ ਨੂੰ ਲੱਗ ਗਏ, ਜਦ ਭਾਗਾਂ ਦਾ ਮਾਲਕ ਹੀ ਤੇਰੇ ਹਿਰਦੇ ਵਿੱਚ ਆ ਗਿਆ ਹੈ। ਤੁਮ ਕਰ ਲਾਲਣ, ਤੁਮ ਕਰ ਭਾਗ, ਤੇਰੇ ਘਰ ਚ ਲਾਲ, ਤੇਰੇ ਘਰ ਚ ਭਾਗ, ਤੂੰ ਸਤਵੰਤੀ ਸਤ, ਕੀ ਹੈ ਜਿਹਨੂੰ ਪੂਰਨ ਕੋਈ ਕੋਲ ਨਹੀਂ, ਸੱਚ ਦੀ ਹਰ ਵਸਤੂ ਪ੍ਰਾਪਤ ਹੋ ਗਈ ਹੈ, ਜੋ ਸੱਚ ਨਾਲ ਜੁੜੀ, ਖੁਦਾ ਨਾਲ ਜੁੜੀ, ਸ਼ੁਭ ਗੁਣਾਂ ਦਾ ਖਜ਼ਾਨਾ ਤੇਰੇ ਕੋਲੇ, ਆਚਾਰਵੰਤ ਸਾਈ ਪ੍ਰਧਾਨੇ, ਤੂੰ ਪ੍ਰਧਾਨ ਹੈ, ਤੂੰ ਸਤਵੰਤੀ, ਤੂੰ ਪ੍ਰਧਾਨ, ਤੂੰ ਪ੍ਰੀਤਮ ਪਾਨੀ, ਤੂੰ ਹੀ ਸੁਰ ਗਿਆਨ, ਤੂੰ ਪ੍ਰੀਤਮ ਨੂੰ ਪਾ ਗਈ, ਤੇਰੇ ਕੋਲੇ ਹੀ ਸ੍ਰੇਸ਼ਟ ਗਿਆਨ ਹੋ ਸਕਦਾ। ਆ ਬਾਜੇ ਦੀਆਂ ਸ਼ੁਰਾਂ ਇਹ ਤਾਂ ਬਜਾ ਲੈਣੀਆਂ, ਸਿੱਖ ਕੇ ਬਜਾ ਲਏਗਾ, ਪਰ ਲਿਖਿਆ ਤੂੰ ਸਤਵੰਤੀ, ਤੂੰ ਪ੍ਰਧਾਨ, ਤੂੰ ਪ੍ਰੀਤਮ ਪਾਨੀ, ਤੂੰ ਹੀ ਸੁਰ ਗਿਆਨ। ਵੇਖ ਸਕੇ ਇੱਕ ਸੁਰ ਦੇ ਉੱਤੇ ਹੱਥ ਕਿਉਂ ਨਹੀਂ ਰੱਖਿਆ, ਪਰ ਖੁਦਾ ਨਾਲ ਮਿਲਾਪ ਬਣਿਆ ਹੋਇਆ ਹੈ, ਤੇਰੀ ਸੁਰ ਹੀ ਸ੍ਰੇਸ਼ਟ ਹੈ, ਤੇਰੀ ਸ਼ੁਰਤ, ਤੇਰੀ ਸ਼ੁਰ ਉਹਦੇ ਨਾਲ ਲੱਗ ਗਈ ਹੈ, ਫਿਰ ਆਵਾਜ਼ ਸੁਰ ਤੋਂ ਬੇਸੁਰੇ ਹੋ ਕੇ ਬੋਲਣ, ਸਾਰਾ ਹੀ ਆਨੰਦ ਖਰਾਬ ਹੋ ਜਾਂਦਾ ਹੈ, ਜਿਹੜੇ ਬਾਜਿਆਂ ਦੇ ਮਾਰ ਮਿੰਟਾਂ ਆਉਂਦਾ ਨਹੀਂ, ਪਰ ਉਹਨਾਂ ਨੂੰ ਪੁੱਛੋ ਕਿ ਸੁਰ ਤੋਂ ਬੇਸੁਰ ਹੋ ਕੇ ਸਾਰਾ ਕੁਛ ਸਾਜੀ ਬਸ਼ੁਰਾ ਹੋ ਜਾਵੇ ਤਾਂ ਵੀ। ਇਸ ਕਰਕੇ ਸੁਰ ਖੁਦਾ ਦੇ ਨਾਲ ਬਿਸ਼ੁਰੇ ਹੋ ਜਾਣ, ਹਰ ਸਵਾਸ ਦੀ ਆਵਾਜ਼ ਉਹਦੇ ਨਾਲ ਨਹੀਂ ਮਿਲ ਰਹੀ,
ਤਬ ਸ਼ੁਰੇ। ਹੋ ਸਕਦਾ ਬਾਜਿਆਂ ਵਾਲੇ ਮੈਂ ਕਿਸੇ ਤੇ ਨਹੀਂ, ਉਹ ਮੈਂ ਵੈਸੇ ਗੱਲ ਕਰ ਰਿਹਾ, ਕੋਈ ਐ ਨੀ ਕਿਸੇ ਨੂੰ ਲਾ ਪਾ ਕੇ, ਕਿ ਜਿੱਥੇ ਇੱਕ ਫਕੀਰ ਸ਼ੁਰ ਹੋ ਜਾਂਦਾ ਹੈ ਉੱਥੇ ਹੋ ਸਕਦਾ ਬਾਜਿਆਂ ਵਾਲੇ ਬਣਾ ਹੋਣ। ਬੋਲੋ, ਉਹ ਸ਼ੁਰ ਉਹਨਾਂ ਦੀ ਵੀ ਨਾ ਲੱਗਦੀ ਹੈ, ਸ਼ੁਰ ਲੱਗ ਜਾਣ ਉਹਦੇ ਨਾਲ। ਤੋ ਗੁਰੂ ਪਾਤਸ਼ਾਹ ਕਿਰਪਾ ਕਰ, ਹੁਣ ਤੂੰ ਹੀ ਸ਼ੁਰ ਗਿਆ, ਤੂੰ ਸ਼ਬਦ ਤੈਨੂੰ ਹੀ ਮਿਲ ਗਿਆ, ਤੂੰ ਹੀ ਸਤਵੰਤੀ, ਤੂੰ ਹੀ ਪ੍ਰਧਾਨ, ਤੂੰ ਪ੍ਰੀਤਮ ਨੂੰ ਪਾ ਗਈ, ਤੂੰ ਹੀ ਸ਼ੁਰ ਗਿਆਨ, ਤੇਰੇ ਕੋਲ ਗਿਆਨ ਵੀ ਆ। ਸਾਡਾ ਗਿਆਨ ਵੀ ਹਨੇਰੇ ਵਾਲਾ ਹੀ ਹੁੰਦਾ ਹੈ, ਸ਼ਤੇਜ ਤੇ ਦਰਸ਼ਨ ਆ ਦੇਈਦਾ ਹੈ, ਮੁੜ ਕੇ ਉਸੇ ਦੇ ਵਿੱਚ ਹੀ ਜਾ ਕੇ ਨਫ਼ਰਤ 'ਚ ਟੱਕਰਾ ਮਾਰੀਦੀ ਹੈ, ਉਸੇ ਮਾਇਆ ਦੇ ਹਨੇਰੇ ਦੇ ਵਿੱਚ ਫਿਰ ਵੱਜਦੇ ਹਾਂ ਜਾ ਜਾ ਕੇ। ਇੱਥੇ ਸੁਣਾਉਣਾ ਉਹ ਗੱਲ ਵੱਖਰੀ ਹੈ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਵੀ ਪੜ੍ਹ ਲਿਆ ਇਹਦੀਆਂ ਚਾਰ ਵਿਚਾਰਾਂ ਕਰ ਲਈਆਂ ਸੁਣਾ ਦਿੱਤੀਆਂ, ਇਹ ਤਾਂ ਕਹਿੰਦੇ ਹੁੰਦਾ ਹੀ ਚੱਲਦਾ ਹੀ ਰਹਿੰਦਾ ਹੈ, ਪਰ ਉਸ ਦੇ ਨਾਲ ਇੱਕ ਸ਼ੁਰ ਹੋ ਜਾ, ਇਹ ਬੜੀ ਵੱਡੀ ਗੱਲ। ਤੂੰ ਹੀ ਸ਼ੁਰ ਗਿਆ, ਕਿਸ ਤਰ੍ਹਾਂ ਦੇ ਨਾਲ, ਲਾਲਾ ਲਾਲ ਲਾਲ ਹੈ ਰੰਗਣ, ਕਿਸ ਤਰ੍ਹਾਂ ਬਣਦੀ ਗੱਲ, ਕਹਿੰਦੇ ਉਹ ਲਾਲਣ ਤੇ ਲਾਲ ਰੰਗ ਦਾ ਹੀ ਭਰਿਆ ਪਿਆ ਹੈ। ਬੋਲੋ, ਉਹ ਲਾਲ ਰੰਗ ਨਾਲ ਹੀ ਰੰਗਦਾ ਹੈ, ਲਾਲਣ ਲਾਲ ਲਾਲ ਹੈ ਰੰਗਣ, ਪਰ ਰੰਗ ਦਾ ਕਿਸ ਤਰ੍ਹਾਂ ਹੈ, ਪਾਤਸ਼ਾਹ ਅੱਧੀ ਪੰਕਤੀ ਚ ਸਮਝਾ ਰਿਹਾ। ਲਾਲਣ ਲਾਲ ਲਾਲ ਹੈ ਰੰਗਣ, ਮਨ ਰੰਗਣ ਕੋ ਗੁਰ ਦੀਜੈ, ਕਹਿੰਦੇ ਰੰਗ ਦਊਗਾ ਆਪਣਾ ਮਨ ਦੇ ਦੇ, ਪਰ ਦਿੰਦੇ ਨਹੀਂ ਅਸੀਂ ਮਨ, ਫਿਰ ਜੇ ਨਹੀਂ ਦਿੰਦੇ ਕੋਲ ਰੱਖਦੇ ਹਾਂ ਤੇ ਫਿਰ ਤਾਂ ਹੀ ਤੇ ਇੰਨੇ ਰੰਗ ਨੂੰ ਚੜ੍ਹ ਕੇ ਡੱਬ ਖੜੱਬਾ ਹੋਇਆ ਫਿਰਦਾ ਹੈ, ਠੀਕ ਹੈ, ਉਹਨਾਂ ਹੀ ਰੰਗਾਂ ਚ ਸਾਰਾ ਦਿਨ ਜ਼ਿੰਦਗੀ ਨਿਕਲਦੀ ਹੈ। ਮੈਂ ਚਲੋ ਟਾਈਮ ਹੋ ਚੱਲਾ, ਦੋ ਮਿੰਟਾਂ ਚ ਇੱਕ ਪ੍ਰਮਾਣ ਦੇ ਦੇ, ਨੌਜਵਾਨ ਕੁੜੀਆਂ ਵਿਆਹ ਦਾ ਸਮਾਂ ਸੀ, ਬਾਜ਼ਾਰ ਚਲੀਆਂ ਗਈਆਂ, ਹੁਣ ਸ਼ੂਟ ਲੱਲੇ ਦੁਪੱਟੇ ਰੰਗਾਉਣੇ ਸੀ, ਲਲਾਰੀ ਦੀ ਦੁਕਾਨ ਤੇ ਗਈਆਂ, ਵੀਰ ਆਹ ਸ਼ੂਟ ਨਾਲ ਦਾ ਹੀ ਦੁਪੱਟਾ ਰੰਗ ਦੇ, ਸਿਰ ਤੇ ਲਿਆ ਪਿਆ ਦੁਪੱਟਾ, ਉਹ ਕਹਿੰਦਾ ਭੈਣੇ ਲਿਆ ਤੇ ਰੰਗ ਦਿੰਦੇ, ਕਹਿੰਦੀ ਮੈਂ ਸਿਰ ਤੋਂ ਨਹੀਂ ਲਾਉਣਾ। ਬੋਲੋ, ਕੀ ਕਹਿੰਦੀ? ਸ਼ਿਰ ਏਦਾਂ ਹੀ ਰੰਗ, ਉਹ ਕਹਿਣ ਲੱਗਿਆ, ਕਹਿੰਦਾ ਭੈਣੇ ਜੀ ਹੋਰ ਕਿਸੇ ਦੁਕਾਨ ਤੇ ਰੰਗਾ ਲਾ ਜਾ ਕੇ, ਦੇਂਗੀ ਤਾਂ ਅਸੀਂ ਰੰਗ ਦਿੰਦੇ। ਚਲੋ 500 ਦੁਕਾਨਾਂ ਸੀ ਦੂਜੇ ਤੇ ਗਈ, ਉਹਨੂੰ ਵੀ ਇਹੀ ਸ਼ਬਦ, ਵੀਰ ਇਹਦੇ ਨਾਲ ਦਾ ਦੁਪੱਟਾ ਰੰਗ ਦੇਣਾ, ਉਹ ਕਹਿੰਦਾ ਭੈਣੇ ਲਿਆ ਰੰਗ ਦਿੰਦੇ, ਵੀ ਅਸੀਂ ਤਾਂ ਸਾਰਾ ਸਾਜੋ ਸਮਾਨ ਰੱਖਿਆ ਹੈ, ਸਾਰਾ ਦਿਨ ਦੁਪੱਟੇ ਤਾਂ ਰੰਗੀ ਦੇ ਹੈ। ਕਹਿੰਦਾ ਲਿਆ ਦੇ ਲਾ ਕੇ, ਕਹਿੰਦੀ ਨਾ ਸਿਰ ਤੋਂ ਨਹੀਂ ਲਾਉਣਾ, ਏਦਾਂ ਹੀ ਰੰਗ ਦੇ ਬਸ। ਉਹ ਸਾਰਾ ਬਾਜ਼ਾਰ ਵਿਚਾਰੀ ਘੁੰਮ ਲਈ, ਆਖਰਤ ਮੈਂ ਦੇਣਾ ਨਹੀਂ ਹੈ, ਸਿਰ ਤੋਂ ਦੁਪੱਟਾ ਲਾ ਕੇ ਤੇ ਫਿਰ ਇਹ ਰੰਗਿਆ ਵੀ ਨਹੀਂ ਜਾਣਾ। ਉਹੀ ਸਾਡਾ ਸਿੱਖਾਂ ਦਾ ਕੰਮ ਹੈ,
ਆ ਕੇ ਲਲਾਰੀ ਰੂਪੀ ਗੁਰੂ ਦੇ ਮਹਾਰਾਜ ਮੈਨੂੰ ਰੰਗ ਚਾੜ ਦਿਓ ਪਰ ਮਨ ਨੀ ਮੈਂ ਤੁਹਾਨੂੰ ਦੇਣਾ, ਰੰਗ ਵੀ ਬਾਕੀ ਸਾਰਾ ਦਿਨ ਮੈਂ ਹੀ ਵਰਤੂੰਗਾ ਤੇ ਫਿਰ ਨਹੀਂ ਇਹ ਰੰਗਿਆ ਜਾਣਾ, ਫਿਰ ਰੰਗਿਆ ਵੀ ਨਹੀਂ ਜਾਣਾ। ਅਸੀਂ ਸਿਰਫ ਗੱਲਾਂ ਨਾਲ ਗੱਲੀ ਹੂੰ ਸੁਹਾਗਣ ਭੈਣੇ ਕੰਤ ਨਾ ਕਬੂ ਮੈਂ ਮਿਲਿਆ, ਗੱਲਾਂ ਨਾਲ ਸੁਹਾਗਣਾ ਕਦੀ ਉਹਦਾ ਮੇਲ ਤਾਂ ਹੋਏ ਨੀ ਕਿ ਘੜੀ ਉਹਦੇ ਦੀਦਾਰ ਕੀਤੇ ਹੋਣ। ਇਸ ਕਰਕੇ ਜੇ ਇਸ ਨੂੰ ਰਮਾਉਣਾ ਹੈ ਤਾਂ ਫਿਰ ਦੇਣਾ ਪੈਣਾ ਹੈ, ਤੇ ਸਿਰ ਦੇ ਉੱਤੇ ਰੱਖੇ ਦੁਪੱਟੇ ਦੀ ਕੀ ਗੱਲ ਹੈ, ਗੁਰੂ ਨਾਨਕ ਦੇ ਘਰ ਦੀ ਤਾਂ ਮਰਿਆਦਾ ਪਈ ਇਹ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਅਸੀਂ ਧਾਰਨਾ ਵੀ ਪੜ੍ਹਦੇ ਆਉਂਦੇ ਹਾਂ ਕਿ ਸਿਰ ਧਰ ਕੇ ਤਲੀ ਦੇ ਉੱਤੇ ਆ ਜਾ, ਜੇ ਤੂੰ ਮੇਰਾ ਸਿੱਖ ਬਣਨਾ ਤੇਰੇ ਦਿਮਾਗ ਨੂੰ ਤੇਰੇ ਮਨ ਨੂੰ ਰੰਗਣ ਦਾ ਚਾੜ ਦੇਣਾ, ਪਰ ਭੇਟਾ ਤਾਂ ਕਰ ਨਹੀਂ ਕਰਦੇ ਫੇ ਨੇ। ਤੋ ਗੁਰੂ ਪਾਤਸ਼ਾਹ ਲਾਲਣ ਲਾਲ ਲਾਲ ਹੈ ਰੰਗਣ, ਮਨ ਰੰਗਣ ਕੋ ਗੁਰਦੀ ਹੈ, ਕਹਿੰਦੇ ਮਨ ਦੇ ਦੇ ਗੁਰੂ ਨੂੰ ਦੁਪੱਟਾ ਕਾਹਦੇ ਲਈ, ਰੰਗਣ ਵਾਸਤੇ ਰੰਗ ਚਾੜ ਦੋ। ਤੇ ਇਹ ਹੁਣ ਕਿਤੇ ਕਿਸੇ ਵਿਰਲੇ ਦੇ ਹੁੰਦੀ ਹੈ ਕਿ ਦੇ ਦਈਏ ਅਸੀਂ। ਮਨ ਰੰਗਣ ਕੋ ਗੁਰ ਦੀਜੇ ਜੀ, ਲਾਲਣ ਲਾਲ ਲਾਲ ਰੰਗਣ, ਰੰਗਣ ਕੋ ਗੁਰ ਦੀਜੇ ਜੀ, ਲਾਲਣ ਲਾਲ ਲਾਲ ਰੰਗਣ, ਰੰਗ ਲਾਲਨ ਲਾਲ ਲਾਲ ਹੈ ਰੰਗਣ, ਮਨ ਰੰਗਣ ਕੋ ਗੁਰ ਦੀਜੇ, ਰਾਮ 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 ਰੰਗ ਦੇ ਦੇ ਮੈਂ ਤੇ ਗੁਰੂ ਐਸਾ ਰੰਗ ਦੇਵੇ ਅੰਦਰੋਂ ਇੱਕੋ ਹੀ ਵਾਚ, ਰਾਮ 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 ਵਾਹਿਗੁਰੂ 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 ਵਾਹਿਗੁਰੂ। ਐਸ਼ਾ ਰਾਮ 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 ਰੰਗ ਰਾਤੇ,
ਰਸ ਰਸ਼ਕ ਗਟਕ ਨਿਤ ਪੀਜੇ, ਇਹੋ ਜੀ ਰੰਗਨ ਗੁਰੂ ਮਨ ਨੂੰ ਚਾੜ ਦਿੰਦਾ ਹੈ। ਰਸ਼ ਉਹ ਇਸ ਦਾ ਰਸ਼ ਗਟਕ ਜਿੱਦਾਂ ਅਸੀਂ ਗਟ ਗਟ ਕਰਕੇ ਪੀਂਦੇ, ਬਾਬਾ ਮਨ ਮਤ ਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿ। ਰਸ਼ ਵੀ ਆ, ਦੂਸਰਾ ਕੋਈ ਰਸ਼ ਨਹੀਂ ਹੁਣ ਕਬੂਲ ਹੋ ਰਿਹਾ। ਰਸ਼ ਦੇ ਮਾਲਕ ਨੇ ਰਸ਼ ਭਰ ਦਿੱਤਾ ਹੈ। ਇਹ ਰਸ ਮਿੱਠਾ ਇਹ ਬਿਨਾ ਹਰ ਬਿਨ ਕਸ਼ੂ ਨਾ ਲਾਗੀ ਭਗਤਨ ਕੋ ਮਿੱਠਾ ਆਣ ਸਵਾਦ ਸਭ ਫਿੱਕੇ ਕਰ ਨਿਰਨੋ ਡਿੱਠਾ ਅਗਿਆਨ ਅੰਧੇਰਾ ਕੱਟਿਆ ਗੁਰ ਭਏ ਬਸੀਠਾ ਚਰਨ ਕਮਲ ਮਨ ਵਿਦਿਆ ਜਿਉ ਰੰਗ ਮੰਜੀਠਾ ਮਜੀਠੀ ਰੰਗ ਐ ਵਿਦਿਆ ਬਿੰਨਿਆ ਗਿਆ ਸਾਰਾ ਪਾਸ਼ਾ ਰਸ਼ ਰਸ਼ਕ ਗਟਕ ਨਿਤ ਪੀਜੈ। ਰੋਜ ਕੀ ਪੀ ਰਿਹਾ ਤੇ ਇਸ ਪੀਣ ਨੇ ਕਰਕੇ ਦਿੱਤਾ ਜਿਸ ਨੂੰ ਇਹ ਰਸ਼ ਆ ਗਿਆ। ਬਸਤਾ ਸ਼ਬਦ ਦੀਪ ਹੈ ਸਾਗਰ ਕੱਢ ਸੋਇਣਾ ਕਾਢ ਤਰੀਜੈ। ਬਸਦਾ ਧਰਤੀ ਚ ਹੀ ਸੋਣਾ ਹੈ। ਦੇਖੋ ਇੱਥੇ ਰਸ਼ੀ ਹੋਈ ਆਤਮਾ ਦੀ ਗੱਲ ਮੈਂ ਕਰ ਰਿਹਾ। ਬਸਦਾ ਸ਼ਬਦ ਦੀਪ ਹੈ ਸਾਗਰ, ਸਾਗਰਾਂ ਚ ਸਮੁੰਦਰਾਂ ਦੇ ਵਿੱਚ ਛੱਲਾ ਹੀਰੇ ਮੋਤੀ ਨੇ, ਧਰਤੀ ਦੇ ਵਿੱਚ ਸੋਨਾ ਨਿਕਲਦਾ ਹੈ। ਕਹਿੰਦੇ ਧਰਤੀ ਦਾ ਸਾਰਾ ਸੋਨਾ ਕੱਢ ਕੇ ਸਾਗਰਾਂ ਦੇ ਹੀਰੇ ਮੋਤੀ ਕੱਢ ਕੇ। ਬਸਦਾ ਸ਼ਬਦ ਦੀਪ ਹੈ ਸਾਗਰ ਕੱਢ ਸੋਇਣਾ, ਬਸਦਾ ਚੋ ਸੋਨਾ ਸਾਗਰਾਂ ਦੇ ਹੀਰੇ ਮੋਤੀ ਕੱਢ ਕੇ। ਕਾਢ ਤਰੀਜੇ ਇਹੋ ਜੀ ਰੰਗੀ ਹੋਈ ਰੂਹਾਨੀਅਤ ਰੂਹ ਰਸ ਲੈਣ ਵਾਲੀ ਰਾਤ ਦਿਨ ਪੀਣ ਵਾਲੀ। ਕਹਿੰਦੇ ਉਹਦੇ ਅੱਗੇ ਰੱਖ ਦਵੋ ਕੀ ਆਖਿਆ ਮੇਰੇ ਠਾਕਰ ਕਾ ਜਨ। ਇਹ ਕੌਣ ਹੈ? ਮੇਰੇ ਠਾਕਰ ਦਾ ਜਨ ਹੈ, ਮੇਰੇ ਠਾਕਰ ਦਾ ਪਿਆਰ ਹੈ, ਇਹ ਠਾਕਰ ਨਾਲ ਸੁਹਾਗਣ ਹੈ। ਮੇਰੇ ਠਾਕਰ ਕਾ ਜਨ ਇਹਨੂੰ ਨਾ ਬਾਸ਼ ਹੈ। ਕਹਿੰਦੇ ਉਹ ਰਸ਼ੀਆ ਹੈ ਜਿਹੜਾ ਇੰਨਾ ਕੁਛ ਪਿਆ ਤੇ ਉਸਨੂੰ ਕਬੂਲ ਹੀ ਨਾ ਕਰੇ। ਬੋਲੋ ਨਹੀਂ, ਬਸਦਾ ਸ਼ਬਦ ਦੀਪ ਹੈ ਸਾਗਰ ਕੱਢ ਸੋਇਣਾ ਕਾਢ ਤਰੀਜੈ। ਮੇਰੇ ਠਾਕਰ ਕਾ ਜਨ ਇਹਨੂੰ ਨਾ ਬਾਸੈ, ਹਰ ਮੰਗੈ ਹਰ ਰਸ ਦੀਜੈ। ਉਹ ਕਹਿੰਦਾ ਮੈਨੂੰ ਇਹ ਕੁਛ ਨਹੀਂ ਚਾਹੀਦਾ, ਇਹ ਹਰੀ ਮੈਂ ਮੰਗਦਾ ਤੇ ਮੈਨੂੰ ਆਪਣਾ ਰਸ ਦੇ ਨਾਮ ਦਾ। ਬੋਲੋ ਇੱਥੇ ਤਾਂ ਕੌਡੀ ਕੌਡੀ ਤੇ ਡਿੱਗ ਜੇ। ਹਰ ਮੰਗੇ ਹਰ ਰਸ ਇਹੋ ਜੀ ਬਿਰਤੀ ਜਿਸ ਵੇਲੇ ਬਣਦੀ ਹੈ ਕਿੱਦਾਂ ਨੀ ਰੰਗਣ ਚੜੇਗੀ। ਬੋਲੋ ਕੌਣ ਰੋਕ ਲਵੇਗਾ? ਗੁਰੂ ਵੀ ਇਸ ਪਿਆਰ ਨੂੰ ਧੱਕਾ ਨਹੀਂ ਦੇਗਾ, ਰੰਗ ਚਾੜੇਗਾ ਪਰ ਸਾਡੀ ਬਿਰਤੀ ਇਹੋ ਜੀ ਹੋ ਜਾਵੇ। ਇਸ ਕਰਕੇ ਆਖਿਆ ਹੈ ਬਈ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸ਼ੁਰ ਗਿਆਨ।
ਤੂੰ ਹੀ ਹੈ ਸਭ ਕੁਝ। ਹੋ ਹੁਣ ਉਹਨੂੰ ਪੁੱਛਿਆ ਕਿ ਕਿੱਦਾਂ ਹੋਇਆ, ਕਿੱਦਾਂ ਰੰਗ ਚੜਿਆ, ਉਹਨੇ ਇਤਨਾ ਵੀ ਅਸੀਂ ਤਾਂ ਮਾੜਾ ਜਿਹਾ ਸਾਂ, ਮੈਂ ਜੀ ਇੰਨੇ ਵਜੇ ਉੱਠਦਾ ਤਾਂ ਇੱਦਾਂ ਹੋ ਗਿਆ, ਨਹੀਂ ਉਹਦੀ ਗੱਲ ਸੁਣ ਜਿਹੜੀ ਸੁਹਾਗਾ ਹੋਈ ਹੈ। ਉਹ ਫਿਰ ਕਹਿੰਦੀ ਪ੍ਰੀਤਮ ਭਾਨੀ ਦਾ ਰੰਗ ਕਰਾਰ, ਕਹਿੰਦੇ ਉਹਨੂੰ ਮੈਂ ਭਾ ਗਈ ਹੈ ਤੇ ਤਾਂ ਇਹ ਭਗਤੀ ਤੇ ਗਿਆਨ ਦਾ ਰੰਗ ਮੈਨੂੰ ਚੜਿਆ ਹੈ, ਮੇਰਾ ਨਹੀਂ। ਪ੍ਰੀਤਮ ਭਾਨੀ ਤਾਂ ਰੰਗ ਗਲਾਲ, ਕਹੋ ਨਾਨਕ ਸ਼ੁਭ ਦਿਸ਼ਟ ਨਿਹਾਲ। ਇਹ ਤੇ ਗੁਰੂ ਨਾਨਕ ਦੀ ਸ਼ੁਭ ਦ੍ਰਿਸ਼ਟੀ ਪਈ ਆ, ਉਹਨੇ ਰੰਗ ਚਾੜ ਦਿੱਤਾ। ਕਹੋ ਨਾਨਕ ਸ਼ੁਭ ਦਿਸ਼ਟ ਨਿਹਾਲ, ਸੁਨਰੀ ਸਖੀ ਇਹ ਹਮਰੀ ਘਾਲ। ਕੀ ਕਹਿ ਰਹੀ ਹੈ ਸਖੀਆਂ ਨੂੰ, ਸੁਨਰੀ ਸਖੀ ਇਹ ਹਮਰੀ ਘਾਲ, ਤੁਸੀਂ ਪੁੱਛਦੀ ਹੋ ਕੀ ਤੂੰ ਕਮਾਈ ਕੀਤੀ ਹੈ, ਉਹ ਦੱਸਦੀ ਹੈ। ਸੁਨਰੀ ਸਖੀ ਇਹ ਹਮਰੀ ਘਾਲ, ਪ੍ਰਭ ਆਪ ਸ਼ਿੰਗਾਰ ਸਵਾਰਨ ਹਾਰ। ਬੋਲੋ ਆ ਘਾਲ ਹੈ ਕਿ ਉਹ ਮੇਰਾ ਪ੍ਰਭੂ ਜਿਸ ਦੇ ਉੱਤੇ ਉਹ ਤੁਰਠ ਜਾਂਦਾ ਉਹਨੂੰ ਆਪੇ ਸ਼ਿੰਗਾਰ ਪੂਰੇ ਲਾ ਦਿੰਦਾ ਹੈ, ਜਿਹੜੇ ਮੇਰੀ ਸੋਚਣੀ ਚ ਬਣੀ ਹੈ ਕਿ ਮੈਨੂੰ ਕੀ ਸ਼ਿੰਗਾਰ ਚਾਹੀਦਾ ਆਤਮਕ ਤੌਰ ਤੇ। ਪ੍ਰਭ ਆਪ ਸ਼ਿੰਗਾਰ ਸਵਾਰਨ ਪਈ, ਗੁਰੂ ਦੇ ਅੱਗੇ ਅਰਦਾਸ ਕਰੋ ਕਿ ਉਹਨੂੰ ਭਾਜ ਉਹਦੇ ਭਾਜ। ਪਿਆਰੇ ਜੀ ਆਪਣੇ ਪਿਆਰੇ ਸਿੱਖ ਸ਼ਬਦ ਸਵਾਰਨ ਇਹ ਪਾਤਸ਼ਾਹ ਆਪੇ ਸ਼ਿੰਗਾਰਨ ਵਾਲੇ ਹੋ, ਆਪੇ ਸਵਾਰਨ ਵਾਲੇ ਹੋ।
ਗੁਰੂ ਪਾਤਸ਼ਾਹ ਸਮੂਹ ਸੰਗਤਾਂ ਦੇ ਉੱਤੇ ਰਹਿਮਤ ਔਰ ਸਮੂਹ ਸੰਗਤਾਂ ਆਤਮਕ ਸ਼ਿੰਗਾਰ ਦੇ ਵਿੱਚ ਸ਼ਿੰਗਾਰੀਆਂ ਜਾਣ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਤਨਾ ਵੱਧ ਤੋਂ ਵੱਧ ਨਾਮ ਜਪੋ ਅੰਮ੍ਰਿਤ ਵੇਲੇ ਨਿਤਨੇਮ ਤੋਂ ਵਾਂਝਾ ਕੋਈ ਨਾ ਰਹੋ ਨਿਤਨੇਮ ਕਰਕੇ ਪ੍ਰਸ਼ਾਦਾ ਛਕਿਆ ਕਰੋ ਔਰ ਸ਼ਾਮ ਦਾ ਨਿਤਨੇਮ ਹੈ ਸੌਣ ਦਾ ਨਿਤਨੇਮ ਹੈ ਦਰਮਿਆਨ ਦੇ ਵਿੱਚ ਜਿਤਨਾ ਸਤਿਗੁਰ ਪਾਤਸ਼ਾਹ ਜੀਆਂ ਦਾ ਪਵਿੱਤਰ ਸ਼ਬਦ ਦਾ ਜਾਪ ਹੁੰਦਾ ਆਪਣੀ ਕਿਰਤ ਕਰਦਿਆਂ ਹੋਇਆਂ ਨਾਮ ਜਪ ਸਾਰੀਆਂ ਸੰਗਤਾਂ ਤੇ ਸਤਿਗੁਰ ਮੇਰਾ ਕਾਰਨ ਦੂਸਰੀ ਬੇਨਤੀ ਇਹ ਹੈ ਕਿ ਵੀਰਵਾਰ ਨੂੰ ਸ਼ਾਮ ਦਾ ਸਮਾਂ ਹੁੰਦਾ 4-6 ਦਾ ਉਸ ਵਿੱਚ ਵੀ ਸਾਰੀਆਂ ਸੰਗਤਾਂ ਪਹੁੰਚਿਆ ਕਰੋ ਜ਼ਿੰਦਗੀ ਦਾ ਲਾਹਾ ਲਓ ਗੁਰੂ ਪਾਤਸ਼ਾਹ ਕਿਰਪਾ ਹੀ ਕਰਨ ਬਾਕੀ ਜੋ ਪ੍ਰੋਗਰਾਮ ਹੋਣਗੇ ਉਹ ਆਪ ਜੀ ਸਟੇਜ ਤੋਂ ਸਰਵਨ ਕਰ ਲਿਓ ਸਾਰੇ ਜਾਣਿਆਂ ਗੁਰੂ ਪਾਤਸ਼ਾਹ ਰਹਿਮੇ ਬਨ ਸਾਰਿਆਂ ਤੇ ਧਨ ਹੈ ਧਨ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਿ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ।